ਸਤਿ ਸ੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਪੰਜਾਬ ਮੇਲ ਯੂਐਸਏ ਟੀਵੀ ਮੈਂ ਹਾਂ ਸੰਜੀਵੀ ਅਸ਼ਕਨਨਾ ਮੇਰੇ ਨਾਲ ਨੇ ਜਤਿੰਦਰ ਖੈਰਾ ਤੁਹਾਡਾ ਸਾਰਿਆਂ ਦਾ ਸਵਾਗਤ ਕਰੰਟ ਨਿਊਜ਼ ਐਂਡ ਵਿਊਜ਼ ਦੇ ਵਿੱਚ ਜੀ ਖਰਸ ਕੀ ਹਾਲ ਚਾਲ ਨੇ ਸੰਜੀਪ ਜੀ ਮੇਰੇ ਹਾਲ ਚਾਲ ਠੀਕ ਨੇ ਤੁਸੀਂ ਸੁਣਾਓ ਵਧੀਆ ਫਰਸਟ ਕਲਾਸ ਹੈ ਅੱਜ ਅੰਤਿਮ ਵਿਦਾਇਗੀ ਜਿਹਨੂੰ ਅਸੀਂ ਕਹਿੰਦੇ ਹਾਂ ਉਸ ਤੋਂ ਬਾਅਦ ਇੱਕ ਜਿਹੜਾ ਸਾਡੇ ਪੰਜਾਬੀਆਂ ਦੇ ਵਿੱਚ ਇੱਕ ਬਸਮਿਲਾ ਦਾ ਹਰ ਕਿਸੇ ਦੇ ਵਿੱਚ ਹੋਣਾ ਕਿ ਆਤਮਾ ਦੀ ਸ਼ਾਂਤੀ ਦੇ ਲਈ ਕੋਈ ਅਰਦਾਸ ਸੁਖ ਅਰਦਾਸ ਜਿਹੜੀ ਹੈ ਉਹ ਕੀਤੀ ਜਾਂਦੀ ਹੈ 29 ਕ੍ਰਿਕਟ ਉਹ ਲੈ ਕੇ ਹੁਣ ਤੱਕ ਬੜੇ ਉਤਾਰ ਚੜ੍ਹਾ ਦੇਖ ਲਏ ਨੇ ਬੜੀਆਂ ਡਿਵੈਲਪਮੈਂਟਸ ਦੇਖ ਲੀਆਂ ਨੇ ਪਰ ਨਾਲ ਨਾਲ ਇਹ ਰਿਚੂਅਲ ਜਿਹੜੇ ਜਿਹੜੇ ਹੁੰਦੇ ਆ ਉਹ ਵੀ ਹੁੰਦੇ ਗਏ ਅੱਜ ਉਹ ਮਾਂਸੇ ਦਾ ਪਿੰਡ ਮੂਸਾ ਜਿੱਥੇ ਜਿਹਨੂੰ ਟਿੱਬਿਆਂ ਦਾ ਪਿੰਡ ਸੀ ਕਹਿੰਦੇ ਆ ਅੱਜ ਉਹਦੀ ਉਸ ਨੌਜਵਾਨ ਦੀ ਅੰਤਿਮ ਸ਼ਰਧਾਂਜਲੀ ਅਰਦਾਸ ਹੋਈ ਹੈ ਔਰ ਮਿਲਦਾ ਕਿ ਹਰ ਕੋਈ ਜਿਹੜਾ ਪੰਜਾਬ ਦੇ ਨਾਲ ਜੁੜਿਆ ਆ ਜਾਂ ਪੰਜਾਬੀਅਤ ਦੇ ਨਾਲ ਜੁੜਿਆ ਆ ਉਹ ਇਹੀ ਦੁਆ ਕਰਦਾ ਕਿ ਕਿਸੇ ਵੀ ਮਾਂ ਦਾ ਪੁੱਤ ਇਦਾਂ ਦੀ ਅਣਾਈ ਮੌਤ ਨਾ ਮਰੇ ਮੈਨੂੰ ਅਜੇ ਵੀ ਚੇਤਾ ਆਉਂਦਾ ਹੈ ਕਿ ਉਹਦੀ ਬਾਡੀ ਨਾਲ ਕਿਵੇਂ ਉਹਦੇ ਮਾਪੇ ਪਿਆਰ ਕਰ ਰਹੇ ਨੇ ਉਹਦਾ ਜੂੜਾ ਕਰ ਰਹੇ ਨੇ ਉਹਦੇ ਮਾਤਾ ਜੀ ਹਮਮ ਔਰ ਪਿਤਾ ਜਿਵੇਂ ਪਾਗ ਲਾ ਕੇ ਸਾਰਿਆਂ ਦੇ ਸਾਹਮਣੇ ਉਹ ਤਾਂ ਬੜਾ ਬੋਸ਼ਨਰ ਮਤਲਬ ਇਦਾਂ ਲੱਗਦਾ ਸੀ ਕਿ ਤੁਸੀਂ ਇਸ ਤੋਂ ਬਾਅਦ ਦੇਖੋ ਹੀ ਨਾ ਟੀਵੀ ਇਸ ਵਕਤ ਬੰਦ ਕਰ ਦਿਓ ਸਭ ਕੁਝ ਕਿਉਂਕਿ ਮਾਪਿਆਂ ਦਾ ਮਤਲਬ ਇੱਕ ਜਿਗਰਾ ਆ ਮੈਨੂੰ ਲੱਗਦਾ ਫਿਰ ਵੀ ਕਿਵੇਂ ਇੰਨੇ ਲੋਕਾਂ ਨੂੰ ਪਿਆਰ ਦੇ ਨਾਲ ਖਲੂਸ ਦੇ ਨਾਲ ਹੱਲੇ ਵੀ ਮਿਲ ਰਹੇ ਨੇ ਸ਼ੁਕਰੀਆ ਅਦਾ ਕਰ ਰਹੇ ਨੇ ਕਿ ਤੁਸੀਂ ਮੇਰੇ ਪੁੱਤ ਦੇ ਅੰਤਿਮ ਸੰਸਕਾਰ ਤੇ ਆਏ ਹੋ ਅੱਜ ਵੀ ਦੇਖਣ ਵਾਲੀਆਂ ਅੱਜ ਵੀ ਬੜੀਆਂ ਭਾਵੁਕ ਤਸਵੀਰਾਂ ਉੱਥੋਂ ਨਿਕਲ ਕੇ ਆਉਂਦੀਆਂ ਨੇ ਅੱਜ ਫਿਲਹਾਲ ਕਿਹਾ ਜਾ ਰਿਹਾ ਕਿ ਬੜੇ ਵੱਡੇ ਵੱਡੇ ਲੋਕ ਵੀ ਆਏ ਨੇ ਪਰ ਵੱਡੇ ਲੋਕਾਂ ਦੇ ਨਾਲ ਨਾਲ ਉੱਥੇ ਆਮ ਲੋਕ ਵੀ ਪਹੁੰਚੇ ਨੇ ਜਿਹੜੇ ਪਿਆਰ ਕਰਦੇ ਨੇ ਇਹ ਹੋ ਜਾਂਦਾ ਅਕਸਰ ਪੰਜਾਬੀਆਂ ਦਾ ਦਿਲ ਬਹੁਤ ਖੁੱਲਾ ਹਮ ਲੋਕ ਤਾਂ ਦਿਲੋਂ ਆਏ ਨੇ ਵੱਡੇ ਲੋਕ ਸ਼ਾਇਦ ਮੌਕਾ ਪ੍ਰਸਨ ਕੋਈ ਮਾਈਲੇਜ ਲੈਣ ਵਾਸਤੇ ਮਾਈਲੇਜ ਵਾਕੀ ਮੈਂ ਮੈਂ ਸੋਚਦਾ ਹੁੰਨਾ ਕਿ ਸਿਆਸਤ ਬਸੇ ਚਲੋ ਇਹ ਕੋਈ ਮਾੜੀ ਗੱਲ ਨਹੀਂ ਹੈਗੀ ਚੰਗੀ ਥਾਂ ਦੇ ਉੱਤੇ ਤੁਹਾਨੂੰ ਸਿਆਸਤ ਕਰਨ ਦਾ ਮੌਕਾ ਮਿਲ ਰਿਹਾ ਤਾਂ ਕਰ ਲੈਣੀ ਚਾਹੀਦੀ ਹੈ ਕਿਉਂਕਿ ਸਿਆਸਤ ਹੈ ਹੀ ਇਦਾਂ ਦੀ ਹੈ ਮੌਕੇ ਤੇ ਚੌਕਾ ਲਾਉਣ ਵਾਲੀ ਚੀਜ਼ ਹੈ ਬਲੇ ਵੀ ਨਾ ਖੈਰਾ ਸਾਹਿਬ ਜਿਵੇਂ ਵੈਸੇ ਵੀ ਆਏ ਹੋਣ ਤਾਂ ਪਰਸੈਪਸ਼ਨ ਐਸੀ ਬਣੀ ਹੋਈ ਹੈ ਕਿ ਲੋਕਾਂ ਨੇ ਕਹਿਣਾ ਇਹ ਮਾਈਲਿਸਟ ਲੈਣ ਵਾਸਤੇ ਆਏ ਆ ਪਰ ਬਹੁਤਾ ਮਾਈਲਿਸਟ ਲੈਣ ਲਈ ਆਉਂਦੇ ਆ ਦੁੱਖ ਆਪਾਂ ਕਹਿੰਦੇ ਨਹੀਂ ਹੁੰਨੇ ਮਕਾਨਾ ਜਦੋਂ ਆਪਣੇ ਯੂਜੂਅਲੀ ਕਿਸੇ ਦਾ ਕੋਈ ਦਿਹਾਂਤ ਹੋ ਜਾਵੇ ਕੋਈ ਨਾ ਰਵੇ ਦੁਨੀਆ ਦੇ ਉੱਤੇ ਕਹਿੰਦੇ ਨਹੀਂ ਹੁੰਨੇ ਵੀ ਦੁੱਖ ਤਾਂ ਜਿਨ੍ਹਾਂ ਨੂੰ ਹੈਗਾ ਹੀ ਹੈਗਾ ਉਹ ਲੋਕੀ ਜਿਹੜੇ ਛੋਪੜੀਆਂ ਸੁਣੀਆਂ ਗੱਲਾਂ ਕਰਦੇ ਆਉਂਦੇ ਹੁੰਦੇ ਤੇ ਜਦੋਂ ਗੇਟ ਆ ਜਾਂਦਾ ਤੇ ਉਦੋਂ ਫਿਰ ਐ ਬੁੱਸਾ ਜਾਂ ਮੂੰਹ ਬਣਾ ਲੈਂਦੇ ਸਪੈਸ਼ਲੀ ਜਦੋਂ ਔਰਤਾਂ ਦੀ ਗੱਲ ਕਰਦੇ ਨੇ ਤਾਂ ਘੁੰਡ ਸੱਟ ਕੇ ਉੱਚੀ ਉੱਚੀ ਵੈਣ ਪਾਉਣ ਲੱਪੈਂਦੀਆਂ ਚਾਹੇ ਅੰਦਰੋਂ ਰੋਂਦੀਆਂ ਨਾ ਹੋ ਸੋ ਦੁੱਖ ਜਿਹੜਾ ਆ ਉਹ ਅਸਲ ਲੋਕਾਂ ਨੂੰ ਅਸਲ ਜੀਆਂ ਨੂੰ ਦੁੱਖ ਰਹਿਣਾ ਔਰ ਮਾਪਿਆਂ ਨੂੰ ਤਾਂ ਅਜਿਹਾ ਦੁੱਖਾ ਜਿਹੜਾ ਰਹੀਂਦੀ ਉਮਰ ਤੱਕ ਮਤਲਬ ਜਿੰਉਂ ਤੱਕ ਉਹ ਦੁਨੀਆ ਤੇ ਰਹਿਣਗੇ ਉਦੋਂ ਤੱਕ ਉਹ ਦੁੱਖ ਜਾਣਾ ਹੀ ਨਹੀਂ ਹੈਗਾ ਸੋ ਇਸ ਕਰਕੇ ਇੱਕ ਹਾਵਤ ਜਿਹੜੀ ਬਣੀ ਆ ਉਹ ਵੀ ਆ ਪਰ ਫਿਲਹਾਲ ਚਲੋ ਅਸੀਂ ਵੀ ਅਰਦਾਸ ਕਰਦੇ ਆ ਕਿ ਪਰਮਾਤਮਾ ਉਹਨਾਂ ਦੀ ਆ ਔਰ ਉਹਦੀਆਂ ਯਾਦਾਂ ਸਬਮਿਟ ਕੇ ਯਾਦਾਂ ਦੇ ਨਾਲ ਖੁਸ਼ ਜ਼ਿੰਦਗੀ ਜਿਹੜੀ ਹੈ ਉਹ ਜੀ ਸਕਣ ਸਹੀ ਗੱਲ ਹੈ ਖੁਸ਼ ਜ਼ਿੰਦਗੀ ਤਾਂ ਇਦਾਂ ਹੀ ਹੈ ਕਿ ਉਹਦੀ ਯਾਦ ਦੇ ਵਿੱਚ ਕਦੇ ਕੋਈ ਪਾਠ ਕਰਵਾ ਲਿਆ ਜਾਂ ਕਿਤੇ ਕੋਈ ਕਿਸੇ ਦੀ ਮਦਦ ਕਰ ਦਿੱਤੀ ਇਹ ਚੀਜ਼ਾਂ ਖੁਸ਼ੀ ਦੇਣ ਗਿਆ ਖੁਸ਼ੀ ਦੇਣ ਗਿਆ ਬਾਕੀ ਤੇ ਹੋਰ ਤੇ ਹੁਣ ਤੇ ਪੁੱਤ ਤੇ ਚਲਾ ਗਿਆ ਖੁਸ਼ੀ ਤੇ ਹੁਣ ਰਹਿ ਨਹੀਂ ਗੇ ਜੀਵਨ ਅੱਛਾ ਮੈਨੂੰ ਇੱਕ ਗੱਲ ਹੋਰ ਵੀ ਬੜੀ ਬੜੀ ਭਾਵਕ ਲੱਗੀ ਤੇ ਉ ਜਦੋਂ ਸੰਸਕਾਰ ਤੋਂ ਬਾਅਦ ਦੂਸਰੇ ਦਿਨ ਫੋਲੋ ਚੱਕ ਤੇ ਆ ਤੇ ਮਾਂ ਸਟਰੀ ਮੀਡੀਆ ਨੇ ਸਟੇਟਮੈਂਟ ਉਹ ਛਾਪੀ ਆ ਛਾ ਦੋ ਤੇ ਕਿਹਾ ਵੀ ਹੋਊਗਾ ਕਿ ਮੇਰਾ 6 ਫੁੱਟ ਦਾ ਮੁੰਡਾ ਰਾਖ ਬਣਾ ਕੇ ਰੱਖਤਾ ਚੰਦਰਿਆ ਨੇ ਮਤਲਬ ਉਹ ਸੁਣ ਨਹੀਂ ਹੁੰਦਾ ਇਹ ਤੁਸੀਂ ਉਹ ਮਾਂ ਜਿਹਨੇ ਛੋਟਾ ਛੋਟਾ ਕਰਦਾ ਆਪਦਾ ਪੁੱਤ ਦੇਖਿਆ ਹੋਣਾ ਪਹਿਲਾਂ ਜਦੋਂ ਨਿਆਣਾ ਜੰਮਦਾ ਉਹ ਪਹਿਨ ਮਸਾ ਹੱਥਕ ਜਣਾ ਮਤਲਬ ਮਤਲਬ ਹੁੰਦਾ ਆ ਫਿਰ ਉਸ ਬਾਅਦ ਉਹਦੇ ਚਾ ਲਾੜ ਜੂੜੇ ਕਰਨਾ ਸਕੂਲ ਭੇਜਣਾ ਹਨਾ ਮਾਪਿਆਂ ਦੇ ਕਈ ਕਈ ਜੁੜੇ ਹੁੰਦੇ ਆ ਪਰ ਕਈ ਜਨਮ ਦਿਨ ਮਨਾਉਣੇ ਕਈ ਜਨਮ ਦਿਨ ਮਨਾਉਣੇ ਆ ਜਿਦਾਂ ਪੂਰੀਆਂ ਕਰਨੀਆਂ ਆ ਬਾਹਰ ਭੇਜਿਆ ਪੜਨ ਦੇ ਲਈ ਆਇਆ ਗਾਇਕ ਬਣਿਆ ਮਾਪਿਆਂ ਨਾਲ ਲੈ ਕੇ ਤੁਰਿਆ ਬਹੁਤ ਸਾਰੀਆਂ ਗੱਲਾਂ ਬਹੁਤ ਕੁਝ ਹੈ ਔਰ ਇੱਕੋ ਦਮ ਇੱਕ ਝਟਕੇ ਨਾਲ ਸਭ ਕੁਝ ਖਤਮ ਆ ਹੁਣੇ ਹੱਸਦਾ ਖੇਡਦਾ ਗੱਡੀ 'ਚ ਬਹਿ ਕੇ ਗਿਆ ਮਾਸੇ ਨੂੰ ਮਿਲਣ ਚੱਲਿਆ ਕਹਿ ਕੇ ਇਹ ਆ ਹੋਗਾ ਬਸ ਆਏ ਅਸੀਂ ਜਾਣ ਆਉਣਾ ਹੀ ਕਰਨਾ ਵਾਕੇ ਮਾਸੇ ਕੋਲ ਕੁਝ ਖਾ ਪੀ ਆਵਾਂ ਮੇਰੇ ਕਹਿਣ ਦਾ ਮਤਲਬ ਇਦਾਂ ਹੀ ਆ ਜਿਵੇਂ ਉਧਰ ਮਾਸੇ ਉਡੀਕਦੀ ਇਦਨ ਮਾਪਿਓ ਨੂੰ ਖਬਰ ਆ ਗਈ ਉਹ ਦਰਮਾਸੀ ਨੂੰ ਖਬਰ ਗਈ ਪਤਾ ਨਹੀਂ ਕਿਦਾਂ ਦਾ ਮਾਹੌਲ ਹੋਏਗਾ ਉਸ ਵਕਤ ਉਦਾਂ ਅਸੀਂ ਕਲਪਨਾ ਵੀ ਨਹੀਂ ਕਰ ਸਕਦੇ ਪਰ ਜੋ ਹੋਇਆ ਸਹੀ ਨਹੀਂ ਹੋਇਆ ਵਾਕਈ ਹੁਣ ਸੋ ਪੰਜਾਬ ਦੇ ਵਿੱਚ ਪੰਜਾਬੀਆਂ ਨੂੰ ਹੀ ਹੰਬੜਾ ਮਾਰਨਾ ਪੈਣਾ ਕਿ ਇਹ ਗਲਤਾਨ ਜਿਹੜੀ ਆ ਗੈਂਗਸਟਰਾਂ ਦੀ ਗਲਤਾਨ ਪੰਜਾਬ ਜਿਹੜਾ ਮਿਰਜ਼ਾਪੁਰ ਬਣਦਾ ਜਾ ਰਿਹਾ ਇਹਨਾਂ ਇਹਨੂੰ ਹਟਾਉਣ ਦੀ ਬਹੁਤ ਵੱਡੀ ਲੋੜ ਆ ਪਹਿਲਾਂ ਸੁਣਦੇ ਹੁੰਦੇ ਸੀ ਕਿ ਉਧਰ ਰਾਜਸਥਾਨ ਸਾਈਡ ਜਾਂ ਉਧਰ ਪਰਲੀ ਸਾਈਡ ਕੁਝ ਇਦਾਂ ਦੇ ਯੂਪੀ ਦੇ ਵਿੱਚ ਬਹੁਤ ਸਾਰੇ ਯੂਪੀ ਦੇ ਵਿੱਚ ਕੋਈ ਗਰੁੱਪ ਐਕਟੀਵੇਟ ਨਹੀਂ ਪਰ ਹੁਣ ਤੇ ਸਰੀਆਮ ਪੰਜਾਬ ਦੇ ਵਿੱਚ ਉਹ ਇੱਕ ਹੋਰ ਵਿਧਾਇਕ ਨੂੰ ਧਮਕੀ ਮਿਲੀ ਹੈ ਸ਼ਾਇਦ ਲੁਧਿਆਣਾ ਲੁਧਿਆਣਾ ਦੇ ਰਵਨੀਤ ਸਿੰਘ ਪਿੱਟੂ ਜਿਹੜੇ ਉੱਥੇ ਦੇ ਐਮਪੀ ਨੇ ਲੁਧਿਆਣਾ ਤੋਂ ਉਹਨਾਂ ਨੂੰ ਕਹਿੰਦੇ ਧਮਕੀ ਮਿਲੀ ਆ ਕੋਈ ਵਿਦੇਸ਼ੀ ਫੋਨ ਨੰਬਰ ਆ ਉੱਥੇ ਤੋਂ ਧਮਕੀਆਂ ਆਉਣ ਡਈ ਆ ਦੋ ਤਿੰਨ ਦਿਨ ਹੋ ਗਿਆ ਕਹਿੰਦੇ ਲਗਾਤਾਰ ਧਮਕੀਆਂ ਨੂੰ ਆਉਂਦੀਆਂ ਨੂੰ ਫਿਰ ਅੱਜ ਉਹਨਾਂ ਨੇ ਪੁਲਿਸ ਰਿਪੋਰਟ ਵੀ ਕੀਤੀ ਆ ਉਹਦੀ ਇਹ ਇੱਕ ਇੱਕ ਟ੍ਰੈਂਡ ਚੱਲ ਗਿਆ ਉਧਰ ਮੀਕਾ ਸਿੰਘ ਕਹਿੰਦੇ ਆ ਜੀ ਕੱਲਾ ਸਿੱਧੂ ਮੂਸੇਵਾਲੇ ਨੂੰ ਧਮਕੀਆਂ ਨਹੀਂ ਆਉਂਦੀਆਂ ਸੀ ਬੜੇ ਸਾਰੇ ਗਾਇਕ ਹੋਰ ਆ ਜਿਨ੍ਹਾਂ ਨੂੰ ਧਮਕੀਆਂ ਆਉਂਦੀਆਂ ਨੇ ਉਹ ਕਹਿੰਦਾ ਮੈਨੂੰ ਤਾਂ ਬਹੁਤ ਧਮਕੀਆਂ ਆਉਂਦੀਆਂ ਨੇ ਮਨਕੀਰਤ ਹੌਲਕਾ ਵੀ ਉਹਨਾਂ ਨੇ ਆ ਲਿਆ ਵੀ ਉਹਨੂੰ ਵੀ ਧਮਕੀਆਂ ਆਉਂਦੀਆਂ ਨੇ ਹੋਰ ਬੜੇ ਸਾਰੇ ਮਤਲਬ ਇਦਾਂ ਦੇ ਗਾਇਕ ਨੇ ਤੇ ਗਾਇਕਾਂ ਦਾ ਹੋਏ ਕਿ ਵੀ ਗਾਣਾ ਕਿ ਪੰਜਾਬ ਸਾਡੇ ਲਈ ਸੁਰੱਖਿਅਤ ਨਹੀਂ ਰਿਹਾ ਬਹੁਤ ਤੇ ਅਸੀਂ ਕੈਨੇਡਾ ਸੈਟਲ ਹੋ ਗਏ ਜਿਹੜੇ ਕਿਦੂ ਕਿ ਇੱਥੇ ਰਹਿੰਦੇ ਆ ਉਹਨਾਂ ਨੂੰ ਰੋਜ਼ ਆ ਕੇ ਧਮਕੀਆਂ ਮਿਲਦੀਆਂ ਹੋ ਸਕਦਾ ਐ ਐਕਸਟੋਰਸ਼ਨ ਬਣੀ ਦੀ ਗੱਲ ਹੁੰਦੀ ਹੋਵੇ ਕਿਉਂਕਿ ਇਹ ਸਾਰੇ ਸੌਫਟ ਟਾਰਗੇਟ ਨੇ ਕਿਸੇ ਟਾਈਮ ਦੇ ਵਿੱਚ ਮੁੰਬਈ ਦੇ ਵਿੱਚ ਕਿਹਾ ਜਾਂਦਾ ਹੈ ਕਿ ਇਦਾਂ ਗੈਂਗਸਟਰਸ ਕਾਫੀ ਜ਼ਿਆਦਾ ਐਕਟੀਵੇਟਸ ਸੀਗੇ ਤੇ ਉੱਥੇ ਜਿਹੜੇ ਫਿਲਮ ਸਟ ਉਹਨਾਂ ਤੋਂ ਪੈਸੇ ਮੰਗੇ ਜਾਂਦੇ ਸਨ ਦਾਊਦ ਇਬਰਾਹਿਮ ਦਾ ਸੁੱਧਾ-ਸੁੱਧਾ ਨਾਮ ਆਉਂਦਾ ਆ ਹਾਂ ਕਹਿੰਦੇ ਕਿ ਸ਼ੋਅ ਵੀ ਫ੍ਰੀ ਚ ਲਵਾ ਲੈਂਦੇ ਸੀਗੇ ਤੇ ਉਦਾਂ ਵੀ ਪੈਸਾ ਟੇ ਲਾ ਜਿਹੜਾ ਸੀਗਾ ਉਹ ਇਹਨਾਂ ਤੋਂ ਲੈਂਦੇ ਰਹੇ ਆ ਕਿਉਂਕਿ ਜਦੋਂ ਕੋਈ ਹੁਣ ਇੱਥੇ ਵੀ ਪੰਜਾਬੀ ਸਿੰਗਰਸ ਆ ਜਿਹੜਾ ਉਹ ਇਹੀ ਕਹਿਣਾ ਕਿ ਜਿੱਦਾਂ ਸ਼ੋਅ ਚੱਲਣੇ ਸ਼ੁਰੂ ਹੋ ਜਾਂਦੇ ਆ ਜਦੋਂ ਕੋਈ ਪੈਸਾ ਆ ਜਾਂਦਾ ਉਹਨੂੰ ਉਹਨੂੰ ਧਮਕੀਆਂ ਮਿਲਣੀਆਂ ਸ਼ੁਰੂ ਹੁੰਦੀਆਂ ਬਿਲਕੁਲ ਸਹੀ ਵਾਕਿਆ ਤੁਸੀਂ ਕਿਹਾ ਵੀ ਹਵਾਲਾ ਮੰਨੀ ਜਿਹੜੀ ਐਕਸਟਰੈਸ਼ਨ ਬਣੀ ਆ ਉਹਦੇ ਉਹਦੇ ਲਈ ਆਉਂਦੀਆਂ ਵੀ ਸਾਨੂੰ ਐਨੀ ਫਰौती ਦੇ ਦਿਓ ਨਹੀਂ ਤੇ ਤੁਹਾਨੂੰ ਹੀ ਜਾਨੋਂ ਮਾਰ ਦੋਗੇ ਸਹੀ ਗੱਲ ਉਦੇ ਵਿੱਚ ਵੀ ਪੁਲਿਸ ਲੱਗੀ ਹੋਈ ਹੈ 8 ਸ਼ਾਪ ਸ਼ੂਟਰਜ਼ ਲੱਭਣ ਦੇ ਵਿੱਚ ਨਵੇਂ ਡਿਵੈਲਪਮੈਂਟਸ ਹੋ ਰਹੀਆਂ ਨੇ ਕੋਈ ਹੋਰ ਵੀ ਨਾਂ ਸਾਹਮਣੇ ਆ ਰਹੇ ਨੇ ਸ਼ਾਇਦ ਕੋਈ ਗਾਵਲੀ ਕਰਕੇ ਅਰुण ਗਾਵਲੀ ਕਰਕੇ ਅਰुण ਗਾਵਲੀ ਕਰਕੇ ਉਹਨਾਂ ਦਾ ਨਾਮ ਸਾਹਮਣੇ ਆ ਰਿਹਾ ਹੈ ਕਿ ਉਹ ਗਰੁੱਪ ਵੀ ਇਹਦੇ ਵਿੱਚ ਇਨਵੋਲਵ ਹੋ ਸਕਦਾ ਪਰ ਕੋਈ ਵੀ ਹੈ ਹੈਗੇ ਤਾਂ ਸਾਰੇ ਇੱਕੋ ਹੀ ਗਰੁੱਪ ਵਿੱਚ ਅੱਛਾ ਅਰुण ਗਾਵਲੀ ਜਿਹੜਾ ਜਿਹੜਾ ਗਰੁੱਪ ਹੈ ਉਹ ਮਹਾਰਾਸ਼ਟਰ ਦਾ ਗਰੁੱਪ ਹੈ ਔਰ ਬੜਾ ਮਜਿਆ ਹੋਇਆ ਗਰੁੱਪ ਹੈ ਹਾਂਜੀ ਕਿਹਾ ਜਾਂਦਾ ਕਿ ਬਾਕੀ ਜਿਹੜਾ ਹੁਣ ਗੈਂਗਾਂ ਚੱਲਦੀਆਂ ਨੇ ਸਟੇਟਾਂ ਦੇ ਵਿੱਚ ਜਿਵੇਂ ਹੁਣ ਇੱਥੇ ਸਾਡੇ ਵੀ ਅੱਜਕੱਲ੍ਹ ਦੋ ਤਿੰਨ ਨਾਂ ਤੇ ਅਸੀਂ ਆਮ ਦੇਖਣ ਨੂੰ ਮਿਲਦੇ ਹਾਂ ਲਾਰੈਂਸ ਬਿਸ਼ਨੋਈ ਕਹੇ ਦਿੰਦੇ ਆ ਪੰਭੀਹਾ ਗਰੁੱਪ ਕਹੇ ਦਿੰਦੇ ਆ ਇਹ ਜਿਹੜਾ ਅਰुण ਗਾਵਲੀ ਗੈਂਗ ਆ ਨਾ ਇਹ ਕਹਿੰਦੇ ਜੀ ਸ਼ਾਪ ਸ਼ੂਟਰ ਦਿੰਦਾ ਬਾਕੀ ਗਾਇਕਾਂ ਜਦੋਂ ਹੁਣ ਮੈਂ ਹੈਰਾਨ ਆ ਕਿ ਬੜਾ ਮੈਨੇਜਮੈਂਟ ਤਰੀਕੇ ਨਾਲ ਚੱਲਦਾ ਏ ਤਰੀਕਾ ਹਨਾ ਵੀ ਜੇ ਤੁਸੀਂ ਸ਼ਾਪ ਸ਼ੂਟਰ ਲੈਣਾ ਤੇ ਫਲਾਨੀ ਏਜੰਸੀ ਨੂੰ ਸੰਪਰਕ ਕਰ ਲਓ ਜੇ ਤੁਸੀਂ ਰੇਕੀ ਵਾਲਾ ਬੰਦਾ ਲੈਣਾ ਤੇ ਤੁਸੀਂ ਦਿੱਲੀ ਵਾਲੀ ਏਜੰਸੀ ਨਾਲ ਸੰਪਰਕ ਕਰੋ ਮਤਲਬ ਜਦੋਂ ਹੁਣ ਅਸੀਂ ਸਿੱਧੂ ਮੂਸੇਵਾਲੇ ਦੇ ਹੁਣਾਂ ਦੇ ਕਤਲ ਦੇ ਕੇਸ ਦੀ ਗੱਲ ਜਿਹੜਾ ਸ਼ਾਪਸ਼ੂਟਰ ਆ ਜਿਹਨੇ ਕਤਲ ਕੀਤਾ ਜਿਹਨੂੰ ਕਹਿੰਦੇ ਆ ਕਿ ਯਾਦਵ ਜਿਹੜਾ ਆ ਉਹ ਯਾਦਵ ਨਾਮ ਦਾ ਸ਼ਾਪਸ਼ੂਟਰ ਹੈ ਬਹੁਤ ਮਸ਼ਹੂਰ ਸ਼ਾਪਸ਼ੂਟਰ ਹੈ ਹੈ ਔਰ ਕਹਿੰਦੇ ਕਿ ਇਹ ਉਹ ਸ਼ਾਪਸ਼ੂਟਰ ਜਿਹੜੇ 8 ਸ਼ਾਪਸ਼ੂਟਰਾਂ ਦੀ ਪਛਾਣ ਹੋਈ ਉਹਨਾਂ ਦੇ ਵਿੱਚੋਂ ਇਹ ਵੀ ਆ ਹਮਮ ਔਰ ਇਹ ਜਿਹੜੀ ਏਜੰਸੀ ਆ ਜਿਹੜੀ ਗਾਵਲੀ ਜਿਹੜੀ ਏਜੰਸੀ ਆ ਹਰੂਨ ਗਾਵਲੀ ਦੀ ਜਿਹੜੀ ਮਹਾਰਾਸ਼ਟਰੀਨ ਏਜੰਸੀ ਆ ਇਹ ਸ਼ਾਪਸ਼ੂਟਰ ਹੀ ਸਪਲਾਈ ਕਰਦੀ ਆ ਹਰ ਸਟੇਟ ਦੇ ਵਿੱਚ ਗੈਂਗਸਟਰਾਂ ਨੂੰ ਤੁਸੀਂ ਹਿਸਾਬ ਲਾ ਲਓ ਵੀ ਬੜੇ ਤਕੜੇ ਤਰੀਕੇ ਦੇ ਨਾਲ ਆਰਗੇਨਾਈਜ਼ ਤਰੀਕੇ ਦੇ ਨਾਲ ਕਿਤੋਂ ਸ਼ਾਪਸ਼ੂਟਰ ਲੈਂਦੇ ਆ ਕਿਤੋਂ ਰੇਕੀ ਕਰ ਬੰਦ ਭਾਗਾ ਤੋਂ ਹੈ ਹੁਣ ਇਹ ਪਤਾ ਨਹੀਂ ਕੌਣ ਕੌਣ ਬੰਦਾ ਇਹਦੇ ਚ ਇਨਵੋਲ ਹੈ ਕੌਣ ਕੌਣ ਕਿੱਥੇ ਕੀ ਹੈ ਇੱਕ ਗੱਲ ਸੰਜੀਪ ਜੀ ਜ਼ਰੂਰ ਇਹਦੇ ਵਿੱਚ ਹੈਗੀ ਹੈ ਦੇਖੋ ਐਡੀ ਸ਼ੈ ਜਿਹੜੀ ਹੈ ਨਾ ਕਦੇ ਵੀ ਕਿਸੇ ਗੈਂਗਸਟਰ ਨੂੰ ਨਹੀਂ ਹੁੰਦੀ ਜਦ ਤੱਕ ਕਿ ਉਹਦੇ ਨਾਲ ਤੰਤਰ ਦਾ ਕੋਈ ਬੰਦਾ ਨਾ ਜੁੜਿਆ ਹੋਵੇ ਕਿਉਂਕਿ ਤੰਤਰ ਦੇ ਬੰਦੇ ਤੁਸੀਂ ਗੱਲ ਕੀਤੀ ਹੈ ਕਿਉਂਕਿ ਮੰਨਿਆ ਵੀ ਜਾਂਦਾ ਜੋ ਐਕਸਪਰਟਸ ਨੇ ਇਹ ਵੀ ਮੰਨਦੇ ਨੇ ਕਿ ਜਿੱਦਾਂ ਦੇ ਵੈਪਨਸ ਦਾ ਇਸਤੇਮਾਲ ਹੋਇਆ ਜਿਹੜਾ ਰਸ਼ੀਅਨ ਵੈਪਨ ਦੀ ਗੱਲ ਹੋ ਰਹੀ ਹੈ ਇਹ 19 ਪਤਾ ਨਹੀਂ ਇਹ 94 ਇਹ 94 ਉਹਦੀ ਜਿਹੜੀ ਜ਼ਿਕਰ ਹੋ ਰਿਹਾ ਹੈ ਉਹ इजीली ਨਹੀਂ ਆ ਸਕਦਾ ਇਹਨਾਂ ਦੇ ਕੋਲ ਉਹਦੇ ਵਿੱਚ ਕੋਈ ਨਾ ਕੋਈ ਮੇਲ ਮਿਲਾਪ ਕੋਈ ਨਾ ਕੋਈ ਹੱਥ ਮਿਲੇ ਹੋਏ ਨੇ ਤਾਂ ਇਹਨਾਂ ਖਤਰਨਾਕ ਹਥਿਆਰਾਂ ਨਾਲ ਪਹੁੰਚਿਆ ਜੇ ਉਹ ਪਹੁੰਚਿਆ ਜੇ ਉਹਦੀ ਵਰਤੋਂ ਕੀਤੀ ਗਈ ਹੈ ਔਰ ਦੂਜੀ ਗੱਲ ਇਹ ਹੈ ਕਿ ਜਿੱਦਾਂ ਗੱਡੀਆਂ ਬਣਦੀਆਂ ਨੇ ਬੁਲੇਟ ਪ੍ਰੂਫ ਗੱਡੀਆਂ ਬਣਦੀਆਂ ਨੇ ਹੁਣ ਆਪਣੇ ਜਲੰਧਰ ਦੇ ਨੇੜੇ ਬਣਦੀਆਂ ਨੇ ਬੁਲੇਟ ਪ੍ਰੂਫ ਗੱਡੀਆਂ ਔਰ ਕਿਹਾ ਜਾਂਦਾ ਕਿ ਉਹਨਾਂ ਕੋਲ ਹੁਣ ਕਾਫੀ ਆਰਡਰਸ ਆ ਰਹੇ ਨੇ ਔਰ ਕਾਫੀ ਲੋਕ ਮੈਲੋਰੈਨ ਨੇ ਕਿ ਉਹਨਾਂ ਦੀਆਂ ਗੱਡੀਆਂ ਵੀ ਬਣਾਈਆਂ ਜਾਣ ਕਿ ਕਿੰਨੇ ਆਰਡਰਸ ਪੂਰੇ ਕਰਨਗੇ ਇਹ ਤਾਂ ਉਹਨਾਂ ਨੂੰ ਪਤਾ ਹੋਣਾ ਪਰ ਉਹਦਾ ਕਿਹਾ ਜਾਂਦਾ ਹੈ ਕਿ ਮਿਨੀਮਮ ਖਰਚਾ 50 ਤੋਂ 60 ਲੱਖ ਰੁਪਈਆ ਹੁੰਦਾ ਹੈ ਇੱਕ ਗੱਡੀ ਨੂੰ ਬੁਲੇਟ ਪ੍ਰੂਫ ਬਣਾਉਣ ਦਾ ਤੇ ਬਾਕੀ ਤੁਸੀਂ ਕਿੱਦਾਂ ਦੀ ਪ੍ਰੂਫਿੰਗ ਕਰਵਾਉਂਦੇ ਹੋ ਹੋ ਸਕਦਾ ਖਰਚਾ ਵੱਧ ਵੀ ਜਾਵੇ ਤੇ ਜੋ ਐਕਸਪਰਟਸ ਨੇ ਉਹ ਇਹ ਮੰਨਦੇ ਨੇ ਕਿ ਜਿਹੜਾ A94 ਹਥਿਆਰ ਇਸਤੇਮਾਲ ਹੋਇਆ ਇਹਦੇ ਵਿੱਚ ਜਿੱਦਾਂ ਇਹ ਪੁਲਿਸ ਦੀ ਰਿਪੋਰਟ ਆਈ ਹੈ ਕਿ ਇਹ ਵੀ ਹਥਿਆਰ ਇਸਤੇਮਾਲ ਹੋਇਆ ਜੋ ਰਸ਼ੀਅਨ ਮੰਨਿਆ ਜਾਂਦਾ ਹੈ ਤੇ ਇਹਨਾਂ ਨੂੰ ਜਿਹੜੇ ਪ੍ਰੂਫਿੰਗ ਕਰਦੇ ਨੇ ਬੁਲੇਟ ਪ੍ਰੂਫ ਗੱਡੀਆਂ ਬਣਾਉਂਦੇ ਇਹ ਜਿਹੜਾ ਵੈਪਨ ਹੈ ਇਹਦੇ ਬਾਰੇ ਤੁਸੀਂ ਸ਼ੋਰ ਹੋ ਕੇ ਇਹਦੇ ਤੋਂ ਜਦਾ ਸ਼ਾਰਟ ਹੋਏਗਾ ਉਹ ਗੋਲੀ ਰੋਕ ਸਕੇਗੀ ਤੁਹਾਡੀ ਬੁਲੇਟ ਪ੍ਰੂਫ ਗੱਡੀ ਕਹਿੰਦੇ ਸਾਨੂੰ ਡਾਊਟ ਹੈ ਕਿ ਇਹ ਇੰਨਾ ਪਾਵਰਫੁਲ ਵੈਪਨ ਹੈ ਹੋ ਸਕਦਾ ਹੈ ਜਦੋਂ ਇਹ ਗੋਲੀ ਨਿਕਲੇ ਤਾਂ ਇਹ ਗੱਡੀ ਪਾੜ ਦਵੇ ਔਰ ਉਹ ਬੰਦੇ ਨੂੰ ਟਾਰਗੇਟ ਕਰ ਦਵੇ ਜਿਹੜਾ ਬੰਦਾ ਇਹਦੇ ਵਿੱਚ ਤੁਸੀਂ ਟਾਰਗੇਟ ਕਰਨਾ ਚਾਹੁੰਦੇ ਹੋ ਇਹ 94 ایس ਲੈਵਲ ਦਾ ਹਥਿਆਰ ਹੈ ਉਹ ਹੀ ਮੰਨਦੇ ਨੇ ਮਤਲਬ ਇਹ ਸ਼ੋਰਟੀ ਕੁਝ ਨਹੀਂ ਕਿਉਂਕਿ ਕਦੀ ਟੈਸਟ ਨਹੀਂ ਕੀਤਾ ਗਿਆ ਉਸ ਹਥਿਆਰ ਨੂੰ ਇਸ ਗੱਡੀ ਦੇ ਉੱਤੇ ਕਿ ਕਦੀ ਅਵੇਲੇਬਲ ਹੀ ਨਹੀਂ ਸੀ ਪਹਿਲੀ ਵਾਰ ਹੀ ਸ਼ਾਇਦ ਏਜੰਸੀਜ਼ ਨੇ ਸੁਣਿਆ ਕਿ ਇਦਾਂ ਦਾ ਹਥਿਆਰ ਇਸਤੇਮਾਲ ਹੋਇਆ ਸ਼ਾਇਦ ਪਹਿਲੀ ਵਾਰ ਇਹ ਸੁਣਨ ਚਾਹੀਏ ਗੱਲ ਪਰ ਉਹ ਵੀ ਸ਼ੋਰ ਨਹੀਂ ਹੈ ਕਿ ਜੋ ਬੁਲੇਟ ਪ੍ਰੂਫ ਗੱਡੀਆਂ ਬਣਾਉਂਦੇ ਨੇ ਕਿ ਇਹ ਕਿੰਨਾ ਪ੍ਰੋਟੈਕਟ ਕਰ ਸਕਦਾ ਹੈ ਇਸ ਵੈਪਨ ਤੋਂ ਸਾਡੀ ਬੁਲੇਟ ਪ੍ਰੂਫਿੰਗ ਜਿਹੜੀ ਅਸੀਂ ਕਰਦੇ ਆ ਗੱਡੀ ਨੂੰ ਸੋ ਸਾਰੀ ਸਥਿਤੀ ਇਹੀ ਬਣੀ ਹੋਈ ਹੈ ਕਿ ਸੈਮ ਵੀ ਹੈ ਡਰ ਵੀ ਹੈ ਔਰ ਇਸ ਚੀਜ਼ ਤੇ ਹੈਰਾਨ ਨੇ ਕਿ ਕਿਆ ਸਟ੍ਰੈਟਜੀ ਆ ਔਰ ਦੂਜੀ ਗੱਲ ਇਹ ਜਿਹੜੀ ਸਟ੍ਰੈਟਜੀ ਦੀ ਗੱਲ ਇਹ ਹੈ ਕਿ ਜਦੋਂ ਸਿੱਧੂ ਮੂਸੇਵਾਲ ਆਪਣੇ ਘਰੋਂ ਨਿਕਲਦੇ ਨੇ ਜੋ ਰਿਪੋਰਟ ਦੇ ਮੁਤਾਬਕ ਉਹ ਮਾਸੇਜ ਨੂੰ ਮਿਲਣ ਚੱਲੇ ਨੇ ਤੇ ਉਹਨਾਂ ਨੂੰ ਕਿਹਨੇ ਟਿਪ ਦਿੱਤੀ ਹੋਏਗੀ ਜਿਨ੍ਹਾਂ ਨੇ ਸ਼ਾਪ ਸ਼ੂਟਰਜ਼ ਉੱਤੇ ਪਹੁੰਚਣ ਜਿਨ੍ਹਾਂ ਨੇ ਉਹ ਪਿੱਛੇ ਗੱਡੀਆਂ ਲਾਈਆਂ ਕੇਰਾ ਪਾਇਆ ਕਿਉਂਕਿ ਕਹਿੰਦੇ ਨੇ ਕਿ ਅੱਗੋਂ ਗੱਡੀ ਜਦ ਰੋਕੀ ਐ ਤਾਂ ਜਿਹੜੇ ਉੱਥੇ ਨਾਲ ਸੀਗੇ ਉਹਨਾਂ ਦੇ ਮੂਸੇ ਵਾਲਾ ਦੇ ਉਹ ਕਹਿੰਦੇ ਨੇ ਕਿ ਅਸੀਂ ਸਮਝਿਆ ਕਿ ਕੋਈ ਫੈਨਸ ਨੇ ਫੈਨਸ ਗੱਡੀ ਰੋਕ ਦੇ ਰਹੇ ਹੋ ਮਿਲਣਾ ਚਾਹੁੰਦੇ ਨੇ ਪਰ ਵਿੱਚੋਂ ਤਾਂ ਕੋਈ ਹੋਰ ਗੱਲ ਨਿਕਲੀ ਪਰ ਇਹ ਟਿਪ ਕਿਹਨੇ ਦਿੱਤੀ ਹੋਣੀ ਐ ਕਿ ਇਹ ਨਿਕਲਣ ਲੱਗੇ ਨੇ ਤੇ ਤੁਸੀਂ ਅੱਗੋਂ ਵਾਕੀ ਇਹ ਸਾਰੇ ਸੰਦੇਸ਼ੇ ਜਿਹੜੇ ਨੇ ਨਾ ਅੰਦੇਸ਼ੇ ਸੰਦੇਸ਼ੇ ਲਾਏ ਜਾਂਦੇ ਨੇ ਕਿ ਕੋਈ ਤਾਂ ਹੈ ਕੋਈ ਆਪਣਾ ਹੈਗਾ ਤਾਂ ਤਾਂ ਉਹਨਾਂ ਨੂੰ ਪਤਾ ਨਹੀਂ ਲੱਗਦਾ ਮਤਲਬ ਇਹ ਕਿਤਨਾ ਕਿਤੇ ਰੈਕੀ ਕਰਨ ਵਾਲਾ ਜਿਹੜਾ ਬਹੁਤ ਸਟਰੋਂਗ ਆ ਤੁਹਾਡੇ ਵਿੱਚ ਹੀ ਬੈਠਾ ਹੈ ਜਾਂ ਫਿਰ ਇਦਾਂ ਹੋ ਸਕਦਾ ਫਲਹਾਲ ਇਹ ਤੇ ਸਾਰੀਆਂ ਇਨਵੈਸਟੀਗੇਸ਼ਨਸ ਨੇ ਕਿ ਕੌਣ ਮੁਖਬਿਰ ਹੈ ਕਿਹਨੇ ਟਿਪ ਦਿੱਤੀ ਕਿਹਨੇ ਗੈਂਗਸਟਰਸ ਨੂੰ ਇਦਾਂ ਕਿਹਾ ਕਿ ਇਹ ਆਪਣੇ ਬਿਨਾ ਬੁਲੇਟ ਪ੍ਰੂਫ ਵਾਲੀ ਗੱਡੀ ਤੋਂ ਨਿਕਲਦੇ ਪਏ ਨੇ ਜਾਂ ਇਹਨਾਂ ਕੋਲ ਸਿਕਿਉਰਿਟੀ ਨਹੀਂ ਹੈ ਇਸੋ ਕਿ ਦੋਨੋਂ ਕਮਾਂਡਰਸ ਨੂੰ ਛੱਡ ਕੇ ਜਾ ਰਹੇ ਨੇ ਔਰ ਖੁਦ ਡਰਾਈਵ ਕਰ ਰਹੇ ਨੇ ਇਹ ਸਾਰੀਆਂ ਗੱਲਾਂ ਉਹਨਾਂ ਨੂੰ ਕਿਵੇਂ ਕਲੀਅਰ ਹੋਈਆਂ ਕਿਉਂਕਿ ਬਿਨਾ ਕ ਜੇ ਕਿ ਜੇ ਉਹਨਾਂ ਨੂੰ ਪਤਾ ਹੋएगा ਕਿ ਨਾਲ ਕਮਾਂਡੋਜ਼ ਨੇ ਤਾਂ ਉਹ ਸਟ੍ਰੈਟਜੀ ਡਿਫਰੈਂਟ ਰੱਖਣਗੇ ਜਾਂ ਉਹ ਨਹੀਂ ਹੱਥ ਪਾਉਣਗੇ ਉਸ ਵਕਤ ਔਰ ਜਦੋਂ ਉਹਨਾਂ ਨੂੰ ਕੋਈ ਟਿਪ ਮਿਲੀ ਆ ਉਹਨਾਂ ਨੂੰ ਕੋਈ ਇਨਫੋਰਮੇਸ਼ਨ ਮਿਲੀ ਆ ਕਿ ਇਦਾਂ ਬਿਨਾਂ ਸਿਕਿਉਰਿਟੀ ਤੋਂ ਉਹਨੇ ਇਕੱਲੇ ਜਾ ਰਹੇ ਨੇ ਜਿੱਦਾਂ ਸਾਰੇ ਮਾਹੌਲ ਦੀ ਪਿਕਚਰ ਸਾਹਮਣੇ ਆ ਰਹੀ ਹੈ ਜੋ ਸਾਨੂੰ ਪਤਾ ਲੱਗਦਾ ਪਿਆ ਨਿਊਜ਼ ਦੇ ਵਿੱਚੋਂ ਤਾਂ ਇਹ ਖਬਰ ਉਹਨਾਂ ਤੱਕ ਕਿਨੇ ਪਹੁੰਚਾਈ ਔਰ ਜਿਸ ਕਰਕੇ ਉਹ ਅਲਰਟ ਹੋਏ ਔਰ ਇਹ ਸਾਰੀ ਵਾਰਦਾਤ ਉਹਨਾਂ ਨੇ ਅੰਜਾਮ ਦਿੱਤੀ ਆ ਸੋ ਇਹ ਸਾਰੀਆਂ ਗੱਲਾਂ ਇਹ ਸਾਰੀਆਂ ਗੱਲਾਂ ਜਦੋਂ ਆਪਾਂ ਮੀਡੀਆ ਦੇ ਵਿੱਚ ਛਪਦੀਆਂ ਨੇ ਨੈਟ ਦੇ ਉੱਤੇ ਅਸੀਂ ਦੇਖਦੇ ਆ ਸਰਚ ਕਰਦੇ ਆ ਤਾਂ ਉਹ ਸਰਚ ਦੇ ਵਿੱਚ ਸਾਰੀਆਂ ਗੱਲਾਂ ਆਉਂਦੀਆਂ ਨੇ ਸਾਰੇ ਹੈਰਾਨ ਨੇ ਕਿ ਇਹ ਕੁਝ ਆਰਗੇਨਾਈਜ਼ਡ ਵੇ ਨਾਲ ਕੀਤੇ ਗਿਆ ਕਰਾਇਮ ਹੈ ਇਹ ਮੈਂ ਕਹਿੰਦਾ ਬੜੇ ਖੁੱਲੇ ਤੁਰੇ ਫਿਰਦੇ ਆ ਸਿੱਧਾ-ਸਦਾ ਨਹੀਂ ਹੈ ਉਸ ਤੋਂ ਬਾਅਦ ਉਸ ਤੋਂ ਬਾਅਦ ਖੁੱਲੀਆਂ ਪੋਸਟਾਂ ਨੇ ਬੜੀਆਂ ਅਭੀ ਮੈਂ ਹੀ ਮਾਰਿਆ ਕਰ ਲੋ ਜੋ ਕਰਨਾ ਇਹ ਸ਼ੈਤ ਹੈ ਸ਼ੈਤੋ ਬਿਨਾਂ ਤੇ ਸ਼ਾਇਦ ਕਤਨੀ ਹੋ ਸਕਦਾ ਪਤਾ ਨਹੀਂ ਕਿਹਦੀ ਛਾਇਆ ਪਰ ਹੈ ਤੇ ਹੈ ਹਾਂ ਜੀਵੇਂ ਹੁਣ ਸਚਿੰਦਰਾ ਸਚਿਨ ਬਿਸ਼ਨੋਈ ਦਾ ਫੋਨ ਦਾ ਆਉਣਾ ਕਿਸੇ ਨਿੱਜੀ ਚੈਨਲ ਨੂੰ ਜੀ ਉਹ ਬਿਲਕੁਲ ਜੈਨੂਨ ਕਾਲ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਆ ਵਾਕਿ ਵਾਕਿ ਤੁਹਾਡੀ ਗੱਲ ਸਹੀ ਹੈ ਕਿ ਸ਼ਹਿਤ ਹੈ ਖਹਿਤ ਹੈ ਵਾਕਿ ਅੱਛਾ ਚਲੋ ਅੱਗੇ ਵਧਦੇ ਆ ਕਹਿੰਦੇ ਸਾਧੂ ਸਿੰਘ ਧਰਮਸੋਤ ਤੇ ਵੀ ਸਿਕੰਜਾ ਕੱਸਿਆ ਗਿਆ ਕਹਿੰਦੇ ਬੜੇ ਚਿਰ ਤੋਂ ਬੈਠੇ ਸੀਗੇ ਜਦੋਂ ਕਹਿੰਦੇ 19 ਬੰਦਿਆਂ ਦੀ ਫਾਈਲ ਮੇਰੇ ਕੋਲੇ ਹੈਗੀ ਹੈ ਕੈਪਟਨ ਮਰਿੰਦਰ ਹੋਣੇ ਕਹਿੰਦੇ ਸੀਗੇ ਮੇਨੂੰ ਲੱਗਦਾ ਸਾਧੂ ਸਿੰਘ ਧਰਮਸੋਤ ਵੀ ਉਹਨਾਂ ਦੇ ਵਿੱਚੋਂ ਇੱਕ ਸੀਗੇ ਪਰ ਬੜੇ ਕਰੀਬੀ ਸੀ ਸਾਧੂ ਸਿੰਘ ਧਰਮਸੋਤ ਕੈਪਟਨ ਮਰਿੰਦਰ ਹੋਣਾ ਦੇ ਸ਼ਾਇ ਪਤਾ ਨਹੀਂ ਪਰ ਜੋ ਕੁਝ ਸਾਹਮਣੇ ਆਇਆ ਕਿ ਵਜ਼ੀਫੇ ਤੱਕ ਔਰ ਐਜੂਕੇਸ਼ਨ ਸੈਕਟਰ ਦੇ ਵਿੱਚ ਕਮਾਲ ਹੋ ਗਈ। ਅੱਛਾ ਇਹਨਾਂ ਕੋਲ ਜੰਗਲਾਤ ਮਹਿਕਮਾ ਵੀ ਸੀਗਾ। ਫਿਲਹਾਲ ਜਿਹੜਾ EDI ਨੇ ਛਾਪਾ ਮਾਰਿਆ ਨਾ ਉਹ ਜੰਗਲਾਤ ਮਹਿਕਮੇ ਦੇ ਨਾਲ ਮਿਲਦਾ ਵੀ ਮਾਰਿਆ। ਕਹਿੰਦੇ ਕਿ ਜਿਹੜੇ ਜੰਗਲਾਤ ਮਹਿਕਮੇ ਦੁਆਰਾ ਜਿਹੜੇ ਦਰਖਤ ਕੱਟੇ ਜਾਂਦੇ ਸੀ ਨਾ ਉਹ ਚੋਂ 500 ਰੁਪਇਆ ਪ੍ਰਤੀ ਦਰਖਤ ਜਿਹੜਾ ਲੈਂਦਾ ਸੀ ਤੁਸੀਂ ਹਿਸਾਬ ਲਾ ਲਓ ਕਿੰਨੇ ਲੱਖਾਂ ਦੀ ਗਣਤੀ ਦੇ ਵਿੱਚ ਤਾਂ ਦਰਖਤ ਕੱਟ ਹੁੰਦੇ ਆ। ਤੇ ਫਿਰ 500 ਰੁਪਇਆ ਪ੍ਰਤੀ ਜੇ ਲੈਂਦੇ ਹੋਣ ਤਾਂ ਫਿਰ ਵੈਸੇ ਇੱਕ ਗੱਲ ਸੋਚਣ ਵਾਲੀ ਹੈ ਖੈਰਾਬ ਤੁਸੀਂ ਇਹ ਗੱਲ ਦੱਸ ਕਿਉਂ ਕਰਦਨੇ ਐਦਾਂ ਦੇ ਕੰਮ ਬੇਈਮਾਨੀ ਕਿਉਂ ਕਰਦਨੇ ਵੈਸੇ ਦੇਖੋ ਤੁਸੀਂ ਮੈਂ ਬੜੀ ਵਾਰੀ ਆ ਨਾ ਮੈਂ ਬੜੇ ਵਾਰੀ ਲੋਕਾਂ ਨੂੰ ਕਿਹਾ ਵੀ ਤੁਸੀਂ ਕਦੀ ਪਾਰਲੀਮੈਂਟ ਗਏ ਆ ਹਮ ਕਦੀ ਤੁਸੀਂ ਉੱਥੇ ਦੇਖਿਆ ਜਾ ਕੇ ਪ੍ਰੈਜ਼ੀਡੈਂਟ ਹਾਊਸ ਦੇਖਿਆ ਜਾਂ ਫਿਰ ਜਿਹੜਾ ਸੈਂਟਰ ਦਾ ਜਿੱਥੇ ਅਸੀਂ ਕਹਿੰਦੇ ਦਿੱਲੀ ਦੇ ਵਿੱਚ ਉਹ ਸਾਰਾ ਤਾਮਜਾਮ ਦੇਖ ਕੇ ਆਇਓ ਐਨਾ ਸੋਹਣਾ ਆ ਨਾ ਉੱਥੇ ਤੁਹਾਡੀ ਕੁਰਸੀ ਇੰਨੀ ਆਰਾਮ ਦੇਈ ਆ ਤੁਹਾਡੇ ਸਰਦੀ ਹੋਵੇ ਗਰਮੀ ਹੋਵੇ ਤੁਹਾਡੇ ਚਿੱਟੇ ਕੱਪੜੇ ਪਾਏ ਆ ਅੱਧੀ ਬਾਅਦ ਨੇ ਪਾ ਕੇ ਤੁਸੀਂ ਤੁਰੇ ਫਿਰਦੇ ਆ ਨਾ ਤੁਹਾਨੂੰ ਗਰਮੀ ਲੱਗਦੀ ਨਾ ਤੁਹਾਨੂੰ ਸਰਦੀ ਲੱਗਦੀ ਹੈ ਜੇ ਗਰਮੀਆਂ ਤੇ ਉੱਥੇ ਉਹ ਪੂਰਾ 에어 ਕੰਡੀਸ਼ਨ ਆ ਤੇ ਜੇ ਸਰਦੀ ਆ ਤੇ ਉਤਾਵੀ ਹੁਣ ਉੱਥੇ ਤੁਹਾਨੂੰ ਪੂਰੇ ਸੁੱਖ ਸੁਵਿਧਾ ਦਿੱਤੀ ਆ ਬੜਾ ਸਸਤਾ ਖਾਣਾ ਆ ਤੁਹਾਡਾ ਗੈਸਟ ਆਉਂਦਾ ਉਹਨੂੰ ਚਾਰ ਜਣੇ ਸਕਾਟ ਕਰਕੇ ਲਿਆਉਂਦੇ ਆ ਬੜਾ ਪੌਸ਼ ਡਰਾਈ ਰੂਮ ਬਿਠਾ ਕੇ ਉਹਦੇ ਵਿੱਚ ਗੱਲਬਾਤ ਹੁੰਦੀ ਆ ਸ਼ਾਮ ਨੂੰ ਉੱਥੇ ਪਵਾਰੇ ਚੱਲਦੇ ਆ ਬਾਹਰ ਨਿਕਲ ਲੱਗਿਆਂ ਐਦਾਂ ਲੱਗਦਾ ਪਤਾ ਨਹੀਂ ਤੁਸੀਂ ਕਿੱਥੇ ਆ ਗਏ ਜੰਨਤ ਆ ਉਹ ਫਿਰ ਜਦੋਂ ਜੰਨਤ ਤੁਸੀਂ ਦੇਖਿਆ ਤੁਸੀਂ ਲੋਕਾਂ ਨਾਲ ਤੁਹਾਡਾ ਕੀ ਮਤਲਬ ਤੁਸੀਂ ਕਹਿੰਨੇ ਮੈਂ 100 ਖੂਨ ਕਰ ਦਮਾ ਇਹ ਜਨਨਤ ਮੇਰੇ ਹੱਥੋਂ ਨਹੀਂ ਜਾਣੀ ਚਾਹੀਦੀ ਹੂੰ ਉਹ ਰਾਜੇ ਦਾ ਜਦੋਂ ਭੇਤ ਜਿਹੜਾ ਨਾ ਰਾਜਾ ਰਾਜਪੂਨੇ ਚ ਲੱਗ ਜੂਵੇ ਨਾ ਫਿਰ ਉਦੋਂ ਇਦਾਂ ਦੇ ਜੜੇ ਆ ਉਹ ਅਕਸਰ ਇਦਾਂ ਦੀਆਂ ਚੀਜ਼ਾਂ ਕਰ ਲੈਂਦਾ ਕ੍ਰਪਸ਼ਨ ਕਰ ਲੈਂਦਾ ਹੁਣ ਇਹ ਜਿਹੜੇ ਸੁੱਖ ਸਹੂਬਿਦਾ ਆ ਉਹ ਮੈਨੂੰ ਲੱਗਦਾ ਇਹਨਾਂ ਨੂੰ ਕੱਟ ਆਫ ਕਰਨਾ ਚਾਹੀਦਾ ਇਹਨਾਂ ਨੂੰ ਇਹਨਾਂ ਨੂੰ ਲੋਕਾਂ ਦੀ ਅਸਲ ਪੀੜ ਸਾਂਭਣੀ ਚਾਹੀਦੀ ਹੈ ਇਹ ਉਹ ਲੀਡਰ ਜਿਹੜਾ ਲੋਕਾਂ ਚ ਵਿਚਰੇ ਆਮ ਜਿਹਾ ਰਹਿ ਪੇ ਮੈਂ ਬੜੀ ਵਧੀਆ ਗੱਲ ਕੀਤੀ ਹੁੰਦੀ ਵੀ ਨਾਇਕ ਫਿਲਮ ਵਰਗਾ ਹਰ ਲੀਡਰ ਵੀ ਜਿਹੜਾ ਕੋਈ ਟਾਈਮ ਹੀ ਹੈ ਨਹੀਂ ਸਗ ਕੰਮ ਹੀ ਕਰਦਾ ਰਵੇ ਉਹ ਉਹ ਉਹਦਾ ਦੇ ਲੀਡਰ ਹੋਣੇ ਚਾਹੀਦੇ ਆ ਇਹਨਾਂ ਲੀਡਰਾਂ ਨੂੰ ਫਿਰ ਆ ਚਸਕਾ ਲੱਗ ਜਾਂਦਾ ਦੌਲਤ ਤੇ ਸ਼ੌਹਰਤ ਦਾ ਤੇ ਚਸਕਾ ਹਰ ਚੀਜ਼ ਦਾ ਮਾੜਾ ਆ ਕਹਿੰਦੇ ਤੁਸੀਂ ਇਤਿਹਾਸ ਪਰਤ ਕੇ ਦੇਖ ਲਓ ਇਹ ਸਿੰਘਾਸਨ ਤੇ ਸਕੇ ਪ੍ਰਵਾਹ ਮਰਾ ਕੇ ਵੀ ਕਹਿੰਦਾ ਮਤਲਬ ਇਹ ਹੈ ਨਾ ਕਿ ਕਿਰਦਾਰ ਸਟਰੋਂਗ ਨਹੀਂ ਹੈ ਕਿਰਦਾਰ ਸਟਰੋਂਗ ਨਹੀਂ ਹੈ ਜੇ ਕੈਰੈਕਟਰ ਸਟਰੋਂਗ ਹੋਵੇ ਤਾਂ ਫਿਰ ਐਦਾਂ ਦੀਆਂ ਗੱਲਾਂ ਨਹੀਂ ਕਰੂਗਾ ਅੱਛਾ ਤੁਸੀਂ ਇਹ ਗੱਲਾਂ ਛੱਡੋ ਤੁਸੀਂ ਇਹ ਸੋਚੋ ਕਿ ਆਪੂ ਆਪ ਤੁਸੀਂ ਵੀ ਕਹਿੰਦੇ ਹੁੰਦੇ ਆ ਇਹ ਵੀ ਇੱਥੇ ਇਮਾਨਦਾਰ ਉਹ ਹੀ ਆ ਜਿਹਨੂੰ ਬੇਈਮਾਨੀ ਕਰਨ ਦਾ ਮੌਕਾ ਨਹੀਂ ਮਿਲਿਆ ਕਿਉਂਕਿ ਹੁਣ ਕਰੋੜਾ ਰੁਪਈਏ ਆ ਜੀ ਕਰੋੜਾ ਰੁਪਈਏ ਆ ਫਿਰ ਸਿਸਟਮ ਇਦਾਂ ਦਾ ਬਣਿਆ ਜੇ ਤੁਸੀਂ ਇਮਾਨਦਾਰੀ ਚ ਰਹਿਣਾ ਵੀ ਚਾਹੋ ਤੇ ਨਹੀਂ ਰਹਿ ਸਕਦੇ ਕਿਉਂਕਿ ਕਹਿੰਦੇ ਹੁੰਦੇ ਨਾ ਵੀ ਤੁਸੀਂ ਸਿਸਟਮ ਨੂੰ ਬਦਲੋਗੇ ਤਾਂ ਸਿਸਟਮ ਤੁਹਾਨੂੰ ਬਦਲੇਗਾ ਸਿਸਟਮ ਤੁਹਾਨੂੰ ਬਦਲੇਗਾ ਸੋ ਮੋੜੀ ਚ ਸਿਰ ਦਿੱਤਾ ਤਾਂ ਫਿਰ ਕੋਲਾ ਤੇ ਜਿਹੜਾ ਰੰਗ ਕਾਲਾ ਆ ਉਹ ਲੱਗਣਾ ਤਾਂ ਹੈਗਾ ਹੀ ਆ ਤੁਹਾਨੂੰ ਤੁਸੀਂ ਉਹ ਬਚ ਕੇ ਨਹੀਂ ਰਹਿ ਸਕਦੇ ਪਰ ਬਹੁਤ ਬਟਾ ਇਹ ਪਹਿਲਾ ਪੋਸਟ ਮੈਟਰ ਸਕਾਲਰਸ਼ਿਪ ਹੁਣ ਇਹ ਵਾਲਾ ਈਡੀ ਵਾਸ ਲਗਾਤਾਰ ਉਹਨਾਂ ਦੇ ਜਿਹੜਾ ਲੋਗ ਵਾਲਾ ਘਰਵਾ ਉੱਥੇ ਜਾਂਚ ਕਰ ਰਹੀ ਹੈ ਤੇ ਰਾਜਾ ਵੜਿੰਗ ਸਾਹਿਬ ਵੀ ਐਕਟਿਵ ਹੁੰਦੇ ਰਹੇ ਹੁੰਦੇ ਕਹਿੰਦੇ ਜੀ ਇਹ ਬਦਲਾਖੋਰੀ ਦੀ ਸਿਆਸਤ ਹੈ ਪਰ ਚਲੋ ਸਿਆਸਤ ਕੋਈ ਵੀ ਹੋਵੇ ਪਹਿਲੇ ਹੈ ਖੈਰਾ ਸਾਹਿਬ ਇਸ ਤੋਂ ਪਹਿਲਾਂ ਵੀ ਈਡੀ ਦੇ ਛਾਪੇ ਹੋਏ ਇਸ ਤੋਂ ਪਹਿਲਾਂ ਵੀ ਕਈ ਕੇਸੇਜ਼ ਹੋਏ ਉਹਨਾਂ ਦਾ ਕੀ ਬਣਿਆ ਕੀ ਨਤੀਜਾ ਨਿਕਲਿਆ ਕੋਰਟ 'ਚ ਪਹੁੰਚੇ ਕਿ ਨਹੀਂ ਪਹੁੰਚਿਓ ਕਿ ਇਸ ਕੋਰਟ 'ਚ ਪਹੁੰਚ ਕੇ ਉੱਥੇ ਉਹ ਪੂਰੇ ਡਾਕੂਮੈਂਟ ਇਹ ਵਿਜੀਲੈਂਸ ਦੇ ਪੰਜਾਬ ਵਿਜੀਲੈਂਸ ਬਿਊਰੋ ਨੇ ਜਿਹੜਾ ਛਾਪਾ ਮਾਰਿਆ ਮਤਲਬ ਕੋਰਟ ਦੇ ਵਿੱਚ ਜੇ ਕੇਸ ਚੱਲਦਾ ਤੇ ਉੱਥੇ ਉਹ ਪੂਰੇ ਡਾਕੂਮੈਂਟਸ ਪਹੁੰਚਦੇ ਨੇ ਜਿੰਨਾਂ ਨੂੰ ਗਵਾਹ ਤੇ ਸਬੂਤ ਕਿਹਾ ਜਾਂਦਾ ਹੈ ਜਾਂ ਉੱਥੇ ਫਾਈਲਾਂ ਦਾ ਢੇਰ ਲੱਗ ਜਾਂਦਾ ਹੈ ਜਿਹਦੇ ਵਿੱਚ ਇੱਕ ਪੇਪਰ ਵੀ ਅਜੇ ਹਾਂ ਨਹੀਂ ਹੁੰਦਾ ਜਿਹਨੂੰ ਗਵਾਹ ਤੇ ਸਬੂਤ ਕਿਹਾ ਜਾਵੇ ਸਹੀ ਮਾਇਨੇ ਦੇ ਵਿੱਚ ਅੱਛਾ ਹੋਏ ਤੁਸੀਂ ਵੀ ਮੈਨੂੰ ਲੱਗਦਾ ਭਿੰਦਰ ਖਨੀਆ ਲੋਗ ਗੱਲ ਕਰ ਰਹੇ ਹਨਾ ਪਤਾ ਨਹੀਂ ਹੁਣ ਜੱਜ ਸਾਹਿਬ ਨੂੰ ਵੀ ਤਾਂ ਕੋਈ ਸੋਲਿਡ ਗਰਾਉਂਡ ਚਾ ਹੁਣ ਜੇ ਏਜੰਸੀਆਂ ਦਾ ਵੀ ਸਿਆਸੀਕਰਨ ਹੋ ਗਿਆ ਉਹਨਾਂ ਉਧਰ ਵੀ ਪ੍ਰੈਸ਼ਰ ਨੇ ਹੁਣ ਪਤਾ ਨਹੀਂ ਲੱਗਦਾ ਅੱਛਾ ਅਕਸਰ ਇੱਥੇ ਹੈਗਾ ਜਨਤਾ ਸੀ ਕਿ ਸੀਬੀਆਈ ਜਿਹੜਾ ਆ ਉਹ ਕੇਂਦਰ ਦਾ ਤੋਤਾ ਆ ਕਿਹਾ ਜਾਂਦਾ ਹੈ ਹਨਾ ਤੇ ਹੁਣ ਤੇ ਏਜੰਸੀਆਂ ਸਰੀਆਮ ਇਦਾਂ ਹੋ ਗਈਆਂ ਵੀ ਲੱਗਦਾ ਕਿ ਜਿਹੜਾ ਕੋਈ ਕੰਮ ਸਿਆਸਤੋਂ ਨਿਕਲਣਾ ਨਹੀਂ ਆ ਉਹ ਕਿਸੇ ਦੇ ٹرسٹ ਨਹੀਂ ਕਰ ਸਕਦਾ ਕੇਂਦਰ ਦੀਆਂ ਏਜੰਸੀਆਂ ਤੋਂ ਕਰਾ ਲਓ ਬਿਲਕੁਲ ਪਰ ਉਹ ਮੈਨੂੰ ਲੱਗਦਾ ਹੁੰਦਾ ਵੀ ਇਹ ਸਿਸਟਮ ਖਰਾਬ ਹੋ ਗਿਆ ਉਸੀ ਕੇਂਦਰੀ ਏਜੰਸੀਆਂ ਨੂੰ ਉਨਾ ਹੀ ਵਰਤੋ ਜਿੰਨਾ ਉਹਨਾਂ ਤੇ ਲੋਕਾਂ ਦਾ ਆਮ ਵਿਸ਼ਵਾਸ ਬਣਿਆ ਰਿਹਾਵੇ ਹੁਣ ਕਿਸੇ ਦਾ ਵਿਸ਼ਵਾਸ ਮਿਲਦਾ ਕੇਂਦਰੀ ਏਜੰਸੀਆਂ ਤੇ ਵੀ ਨਹੀਂ ਰਹਿ ਗਿਆ ਟਰਸਟ ਨਹੀਂ ਹੈ ਟਰਸਟ ਨਹੀਂ ਰਹਿ ਗਿਆ ਇੱਦਾਂ ਹੀ ਸਟੇਟ ਏਜੰਸੀਆਂ ਵੀ ਮੈਨੂੰ ਲੱਗਦਾ ਕਿਤਨਾ ਕਿਤੇ ਕੰਮ ਕਰਦੀਆਂ ਫਿਲਹਾਲ ਚਰੋ ਧਰਮ ਸਾਧੂ ਸਿੰਘ ਧਰਮਸੋਦ ਦੇ ਮਾਮਲੇ ਦੇ ਵਿੱਚ ਲੋਕੀ ਜਿਹੜੇ ਮੀਡੀਆ ਦੇ ਵਿੱਚ ਨੇ ਜਿਹੜੇ ਵਿਚਰਦੇ ਨੇ ਰਿਪੋਰਟਰ ਉਹ ਕਹਿੰਦੇ ਕਿ ਇਹ ਹੋ ਵੀ ਸਕਦਾ ਹੈ ਦੇਖੋ ਖੈਰਾ ਸਾਹਿਬ ਅੱਜ ਦਾ ਮਾਹੌਲੇ ਬਣਿਆ ਹੋਇਆ ਹੈ ਕਿ ਤੁਸੀਂ ਕਿਸੇ ਦੇ ਉੱਤੇ ਵੀ ਟਰਸਟ ਨਹੀਂ ਕਰ ਸਕਦੇ ਕਿ ਕੌਣ ਬੰਦਾ ਇਨਵੈਸਟੀਗੇਸ਼ਨ ਦੇ ਵਿੱਚ ਕੀ ਕਰਦਾ ਪਿਆ ਹਮਮ ਔਰ ਕਿਤੇ ਵੀ ਤੁਸੀਂ ٹرسٹ ਨਹੀਂ ਕਰ ਸਕਦੇ ਕਿ ਕੌਣ ਬੰਦਾ ਪੋਲਿਟਿਕਸ ਦੇ ਵਿੱਚ ਕੀ ਕਰਦਾ ਪਿਆ ਜੀ ਔਰ ਕੌਣ ਬੰਦਾ ਐਡਮਿਨਿਸਟ੍ਰੇਸ਼ਨ ਦੇ ਵਿੱਚ ਕੀ ਕਰਦਾ ਪਿਆ ਕਿਸੇ ਦਾ ਕੋਈ ਭਰੋਸਾ ਨਹੀਂ ਠੀਕ ਹੈ ਮੈਂ ਇਹ ਨਹੀਂ ਕਹਿੰਦਾ ਕਿ ਸਹੀ ਬੰਦੇ ਨਹੀਂ ਹੋਣਗੇ ਸਹੀ ਬੰਦੇ ਤਾਂ ਹਰ ਥਾਂ ਦੇ ਉੱਤੇ ਮੌਜੂਦ ਹੁੰਦੇ ਨੇ ਤਾਂ ਹੀ ਸਿਸਟਮ ਵਰਕ ਕਰੇਗਾ ਨਹੀਂ ਤਾਂ ਵਰਕ ਕਿੱਦਾਂ ਕਰੇਗਾ ਫਿਰ ਤਾਂ ਸਾਰਾ ਤਾਣਾ ਬਾਣਾ ਹੀ ਟੁੱਟ ਜਾਣਾ ਸਹੀ ਬੰਦੇ ਨਾ ਹੋਣ ਸਹੀ ਬੰਦੇ ਮੌਜੂਦ ਰਹਿੰਦੇ ਨੇ ਪਰ ਨਾਲ ਉਹ ਬੰਦੇ ਵੀ ਮੌਜੂਦ ਰਹਿੰਦੇ ਨੇ ਜੋ ਸਹੀ ਨਹੀਂ ਹੈਗੇ ਉਹਨਾਂ ਦੇ ਕਰਕੇ ਇਹ ਸਾਰੀ ਗੜਬੜ ਹੁੰਦੀ ਹੈ ਉਹਨਾਂ ਦੇ ਕਰਕੇ ਕਪਲੇ ਹੁੰਦੇ ਨੇ ਉਨਾਂ ਦੇ ਕਰਕੇ ਹੀ ਕੋਈ ਊਣਤਾਈਆਂ ਹੁੰਦੀਆਂ ਨੇ ਕੋਈ ਲੂਪ ਹੋਲਸ ਰਹਿ ਜਾਂਦੇ ਨੇ ਲੋਕਾਂ ਦੀਆਂ ਜਾਨਾਂ ਵੀ ਜਾਂਦੀਆਂ ਨੇ مالی ਨੁਕਸਾਨ ਵੀ ਹੁੰਦਾ ਇਹ ਉਹ ਜਿਹੜੇ ਗਲਤ ਬੰਦੇ ਵਿੱਚ ਆ ਜਾਂਦੇ ਨੇ ਜਿਹੜੇ ਸਹੀ ਨਹੀਂ ਹੈਗੇ ਭਾਵੇਂ ਮੁੱਠੀ ਭਾਰੀ ਹੋਣ ਪਰ ਉਹ ਆਪਣਾ ਕੰਮ ਕਰਨ ਦੇ ਵਿੱਚ ਜਿੱਥੋਂ ਤੱਕ ਕਾਮਯਾਬ ਹੋ ਜਾਂਦੇ ਨੇ ਸਭ ਦੇ ਵਾਸਤੇ ਉਹ ਕੋਈ ਨਾ ਕੋਈ ਦਿੱਕਤ ਜ਼ਰੂਰ ਖੜੀ ਕਰ ਦਿੰਦੇ ਵਾਕਿ ਸੁਜੀਤ ਜੀ ਤੁਹਾਡੀ ਇਹ ਗੱਲ ਤਾਂ ਬੜੀ درست ਹੈ ਪਰ ਦੇਖੋ ਜਦੋਂ ਹੁਣ ਇਹ ਆਪਾਂ ਕਹਿੰਨੇ ਆ ਕਿ ਅਸੀਂ ਨਾ ਕਰਪਟ ਹੋ ਗਏ ਆ ਸਾਡਾ ਨਾ ਮੈਨੂੰ ਕਈ ਵਾਰ ਲੱਗਦਾ ਹੁੰਦਾ ਕਿ ਅਸੀਂ ਪਿਆਰ ਨਹੀਂ ਕਰਦੇ ਮੋਲਕ ਨੂੰ ਮੁਲਕ ਨੂੰ ਪਿਆਰ ਕਰਨਾ ਬੰਦ ਕਰ ਦਿੱਤਾ ਸੀ ਸ਼ਾਇਦ ਇਸ ਕਰਕੇ ਸੀ ਸਾਰਾ ਕਹਿੰਦੇ ਕਿ ਮਰੇ ਕੋਈ ਜੀਵੇ ਸੁਤਰਾ ਘੋਲ ਪਤਾਸੇ ਪੀਵੇ ਬਸ ਮੇਰਾ ਤੇ ਮੇਰੇ ਮੇਰਾ ਪਰਿਵਾਰ ਸੈੱਟ ਹੋਣਾ ਚਾਹੀਦਾ ਬਾਕੀ ਦੁਨੀਆ ਜਿੱਥੇ ਮਰ ਜੀ ਜਾਵੇ ਇਹ ਜਿਹੜੀ ਅਪਰੋਚ ਆ ਨਾ ਇਹਨੇ ਕਿਤੇ ਸਾਨੂੰ ਲੈ ਬਣਾ ਹਰ ਬਹੁਤ ਹਾਲਾਂਕਿ ਬਹੁਤ ਹੱਦ ਤੱਕ ਲੈ ਵੀ ਬੈਠੀ ਆ ਸਰਮਾਇਆ ਦਰ ਸਰਮਾਇਆ ਅਸੀਂ ਇਕੱਠਾ ਕਰੀ ਜਾਂਦੇ ਆ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਔਰ ਨਹੀਂ ਹੋਣੀ ਚਾਹੀਦੀ ਪੈਸਾ 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 ਐਸੀ ਗੱਲ ਬੱਚੇ ਪਜਦੇ ਫਿਰਦੇ ਆ ਔਰ ਕਈ ਵਾਰ ਵਾਕਈ ਇਹ ਗੱਲ ਚੇਤੇ ਆਉਂਦੀ ਹੈ ਕਿ ਜਿੱਦਾਂ ਨੌਜਵਾਨਾਂ ਨੇ ਜਿੱਦਾਂ ਸ਼ਹੀਦਾਂ ਨੇ ਦੇਸ਼ ਵਾਸਤੇ ਜਾਨ ਦਿੱਤੀ ਹੈ ਅਸੀਂ ਕਿੰਨੀ ਕਦਰ ਕਰਦੇ ਪਏ ਹਾਂ ਵਾਕਈ ਕਿੰਨੀ ਕ ਅਸੀਂ ਕਦਰ ਕਰਦੇ ਹਾਂ ਔਰ ਅਸੀਂ ਸੋਚ ਵੀ ਨਹੀਂ ਸਕਦੇ ਕਿ ਕਰਨਾ ਡੇ ਬਿਲਕੁਲ ਸਹੀ ਗੱਲ ਫਿਲਹਾਲ ਅੱਗੇ ਵੱਧਦੇ ਨਮਜੋਤ ਸਿੰਘ ਸਿੱਧੂ ਹੁਣਾਂ ਨੂੰ ਕਹਿੰਦੇ ਜੀ ਪੀਜੀਆਈ ਦਾਖਲ ਕਰ ਲਿਆ ਕਿਉਂਕਿ ਫੈਟੀ ਲਿਵਰ ਦੀ ਸ਼ਿਕਾਇਤ ਹੋ ਗਈ ਹੈ ਨਸਾਜ਼ ਹੈ ਤਨਸਾਜ਼ ਹੈ ਤੇ ਨਾਲ ਹੀ ਪ੍ਰਕਾਸ਼ ਸਿੰਘ ਬਾਦਲ ਹੁਣੀ ਜਿਹੜੇ ਉਹ ਵੀ ਪੀਟੀਆਈ ਜੀ ਨੇ ਸੋ ਕੁੱਛ ਨਾ ਕੁਛ ਇੱਕ ਤਾਂ ਹੈ ਨਾ ਕਿ ਜਿੱਦਾਂ ਹੁਣ ਸਿੱਧੂ ਸਾਹਿਬ ਦਾ ਖੈਰ ਜੋ ਵੱਡੇ ਬਦਲ ਸਾਹਿਬ ਨੇ ਉਹਨਾਂ ਦੀ ਉਮਰ ਹੈ ਉਮਰ ਦਰਾਜ਼ ਨਹੀਂ ਹੁੰਦਾ ਠੀਕ ਹੈ ਔਰ ਉਮਰ ਦੇ ਨਾਲ ਕੋਈ ਨਾ ਕੋਈ ਦਿੱਕਤ ਆ ਜਾਂਦੀ ਹੈ ਸੋ ਪੀਜੀਆਈ ਦੇ ਵਿੱਚ ਦਾਖਲ ਕੀਤਾ ਗਿਆ ਉਹਨਾਂ ਦੇ ਘਰੋਂ ਉਹਨਾਂ ਨੂੰ ਸ਼ਿਫਟ ਕੀਤਾ ਗਿਆ ਔਰ ਸਿੱਧੂ ਸਾਹਿਬ ਦੀ ਜੋ ਗੱਲ ਹੈ ਉਹ ਤਾਂ ਹੁਣ ਜੇਲ੍ਹ ਚੋਂ ਸ਼ਿਫਟ ਹੋਏ ਨੇ ਕਈ ਵਾਰ ਪਾਣੀ ਸੂਟ ਨਹੀਂ ਕਰਦਾ এনवायरमेंट ਸੂਟ ਨਹੀਂ ਕਰਦਾ ਹੋ ਸਕਦਾ ਬੋਟਲ ਦਾ ਪਾਣੀ ਯੂਜ਼ ਕਰਦੇ ਹੋਣ ਫਿਰ ਵੀ ਜੋ ਵੀ ਦਿੱਕਤਾਂ ਜੋ ਸਹੂਲਤਾਂ ਘਾਟ ਨਹੀਂ ਉਹ ਦਿੱਕਤਾਂ ਤੇ ਉੱਥੇ ਹੈਗੀਆਂ ਨੇ ਜੋ ਘਾਟ ਸਹੂਲਤਾਂ ਨੇ ਉੱਥੇ ਸਹੂਲਤਾਂ ਨਹੀਂ ਹੈਗੀਆਂ ਉਹਨਾਂ ਦਿੱਕਤਾਂ ਕਰਕੇ ਵੀ ਕੋਈ ਪਰੇਸ਼ਾਨੀ ਹੋ ਸਕਦੀ ਹੈ ਫੈਟੀ ਲੀਵਰ ਦੀ ਉਹ ਆਪਾਂ ਪਹਿਲਾਂ ਵੀ ਡਿਸਕਸ ਕਰ ਚੁੱਕੇ ਹਾਂ ਉਹਨਾਂ ਦੀ ਡਾਈਟ ਵਾਸਤੇ ਵੀ ਇੱਕ ਖਾਸ ਐਕਚੁਅਲੀ ਉਹਨਾਂ ਨੂੰ ਪਹਿਲਾਂ ਵੀ ਬਿਮਾਰੀ ਆ ਕਿ ਥੱਥੇ ਬਣਦੇ ਆ ਕਲੌਟ ਬਣਦੇ ਉਹਨਾਂ ਦੇ ਖੂਨ ਦੇ ਅੰਦਰ ਉਹ ਵੀ ਬਿਮਾਰੀ ਉਹਨਾਂ ਨੂੰ ਪਹਿਲਾਂ ਲੱਗੀ ਹੋਈ ਆ ਉਹਦਾ ਕਰਕੇ ਵੀ ਸ਼ਾਇਦ ਕਿਤੇ ਨਾ ਕਿਤੇ ਹੋ ਸਕਦਾ ਕੁਝ ਵੀ ਹੋ ਸਕਦਾ ਅੱਛਾ ਪਰ ਮੈਂ ਇਹ ਸੋਚ ਸਕਦਾ ਸੀ ਵੀ ਸਦਾ ਆਫਤਾ ਆ ਹੋ ਤੇ ਜਦੋਂ ਸਜਾ ਦੇ ਵਿੱਚ ਹੁਣੇ ਤੁਸੀਂ ਤਾਂ ਫਿਰ ਇਸ ਸੁੱਖ ਸਹੂਲਤਾਂ ਵਿੱਚ ਚਲੋ ਵੀ ਆਪਾਂ ਕਹਿੰਦੇ ਆ ਵੀ ਉਹਨਾਂ ਨੂੰ ਸੂਟ ਨਹੀਂ ਕਰਦਾ ਫਲਾਣਾ ਨਹੀਂ ਕਰਦਾ ਪਰ ਇਹ ਕਿੰਨੇ ਦਿਨ ਜੇਲ੍ਹ ਤਾਂ ਜੇਲ੍ਹ ਹੈ ਨਾ ਲੋ ਆਮ ਲੋਕ ਤਾਂ ਆਮ ਲੋਕ ਹੀ ਆ ਤੁਸੀਂ ਤਾਂ ਸਜ਼ਾ ਤਾਂ ਕੱਟਣੀ ਪਾਉਗੇ ਸਜ਼ਾ ਤਾਂ ਕੱਟਣੀ ਪਾਉਗੀ ਹੁਣ ਜੋ ਮੈਡੀਕਲ ਕੰਡੀਸ਼ਨ ਹੈ ਕਿਉਂਕਿ ਆਫਟਰ ਆਲ ਇੱਕ ਬਿਗ ਸ਼ਾਟ ਨੇ ਹੀ ਇਜ਼ ਅ ਹੈਵੀ weight ਲੀਡਰ ਕਾਂਗਰਸ ਦੇ ਨੇ ਔਰ ਬੜੇ ਅੱਛੇ ਅੱਛੇ ਅਹੁਦਿਆਂ ਤੇ ਰਹਿ ਚੁੱਕੇ ਨੇ ਔਰ ਐਕਸ ਕ੍ਰਿਕਟਰ ਵੀ ਨੇ ਇੰਡੀਅਨ ਟੀਮ ਨੂੰ ਰਿਪਰੈਜ਼ੈਂਟ ਕੀਤਾ ਹੀ ਇਜ਼ ਅ ਨੌਨ ਪਰਸਨੈਲਿਟੀ ਔਰ ਠੀਕ ਹੈ ਉਹਨਾਂ ਨੂੰ ਜੋ ਤਕਲੀਫ ਹੈ ਉਹਦਾ ਇਲਾਜ ਹੋ ਰਿਹਾ ਔਰ ਹੋ ਸਕਦਾ ਹੈ ਕਿ ਇਲਾਜ ਦਾ ਹੀ ਕੰਡੀਸ਼ਨ ਹੋਏਗੀ ਆਪਣੇ ਪੈਸੇ ਆਪਣੇ ਖਰਚੇ ਹੋ ਦੇਣ ਕਮੈਂਟ ਵੱਲੋਂ ਨਹੀਂ ਹੋਏਗਾ ਠੀਕ ਹੈ ਉਹ ਦੇ ਸਕਦੇ ਨੇ ਇਜ਼ ਅ ਵੈਲ ਟੂ ਡ ਫੈਮਿਲੀ ਔਰ ਕਾਫੀ ਅਮੀਰ ਬੰਦੇ ਨੇ ਔਰ ਦੇ ਸਕਦੇ ਨੇ ਆਪਣੇ ਖਾਣੇ ਦਾ ਖਰਚਾ ਵੀ ਚੁੱਕਦੇ ਨੇ ਖੈਰ ਇਹ ਤਾਂ ਇੱਕ ਇੱਕ ਜੈਨੂਇਨ ਗੱਲ ਹੈ ਕਿ ਉਹਨਾਂ ਨੂੰ ਐਦਾ ਤਕਲੀਫ ਹੋਈ ਤੇ ਉਹਨਾਂ ਨੂੰ ਪੇਜ ਦਿੱਤਾ ਗਿਆ ਔਰ ਉਹਨੂੰ ਇਗਨੋਰ ਵੀ ਨਹੀਂ ਕਰ ਸਕਦੇ ਕਿਉਂਕਿ ਵਾਕੇ ਵਾਕੇ ਮੈਂ ਸਿਰਫ ਇਹ ਪੁੱਛ ਰਿਹਾ ਸੀ ਗੱਲ ਕਿ ਵਾਕੇ ਵੀ ਇਹ ਸਜ਼ਾ ਜੜੀ ਹੈ ਇਹ ਵੀ ਤਾਂ ਕੱਟਣੀ ਪੈਣੀ ਹੈ ਹੁਣ ਮੁਸ਼ਕਲਾਂ ਜੜੀਆਂ ਨੇ ਆਸਾਨ ਨਹੀਂ ਹੋ ਸਕਦਾ ਆਸਾਨ ਤਾਂ ਹੋਣੀਆਂ ਨਹੀਂ ਅਰ ਜੇ ਤੁਸੀਂ ਕੰਪੈਰੀਜ਼ਨ ਕਰਨਾ ਚਾਹੁੰਦੇ ਹੋ ਕਿ ਇੱਕ VIP ਨੇ ਇੱਕ ਆਮ ਬੰਦੇ ਨੂੰ ਜੇ ਕੋਈ ਤਕਲੀਫ ਹੋਵੇ ਤਾਂ ਪ੍ਰਸ਼ਾਸਨ ਕਿੰਨਾ ਧਿਆਨ ਦੇਵੇਗਾ ਇਹ ਜ਼ਰੂਰ ਕੁਐਸਚਨ ਮਾਰਕ ਬਣਦਾ ਹੈ ਕਿ ਆਮ ਬੰਦੇ ਦੇ ਉੱਤੇ ਜੇ ਉਹਨੂੰ ਕੋਈ ਤਕਲੀਫ ਹੋਵੇ ਕਿਸੇ ਆਮ ਕੈਦੀ ਨੂੰ ਕੋਈ ਤਕਲੀਫ ਹੋਵੇ ਕੋਈ ਫੈਟੀ ਲੀਵਰ ਦੀ ਗੱਲ ਹੋਵੇ ਤਾਂ ਆਮ ਬੰਦੇ ਨੂੰ ਸਹੂਲਤ ਮਿਲੇਗੀ ਮੈਨੂੰ ਲੱਗਦਾ ਆਮ ਬੰਦੇ ਨੂੰ ਵਿਚਾਰੇ ਨੂੰ ਪਤਾ ਹੀ ਨਹੀਂ ਲੱਗਣਾ ਕਿ ਮੇਰਾ ਲੀਵਰ ਫੈਟੀ ਹੈ ਕੋਈ ਚੈੱਕਅਪ ਹੀ ਨਹੀਂ ਜੱਗਾਂ ਪਈ ਨਹੀਂ ਹੋਣਾ ਕਦੇ ਉਹਨੂੰ ਸਿਪਟਮ ਵੀ ਨਹੀਂ ਪਤਾ ਲੱਗਦੇ ਹੁੰਦੇ अच्छा आ, सुनील जाखड़ साहब ਦੇ ਬੜੀ ਅੱਜਕਲ ਗੱਲਬਾਤ ਹੋ ਰਹੀ ਹੈ ਮੀਡੀਆ ਦੇ ਗਲਿਆਰਿਆਂ ਦੇ ਵਿੱਚ ਕਹਿੰਦੇ सुनील ਜਾਖੜ ਨੇ ਤੇ ਕੈਪਟਨ ਅਮਰਿੰਦਰ ਹੁਣ ਨਾਲੋਂ ਵੀ ਵੱਡਾ ਝਟਕਾ ਦੇ ਦਿੱਤਾ ਬਾਤ ਪਾਈ ਹੈ ਹੂੰ ਕਿਉਂਕਿ ਕੈਪਟਨ ਅਮਰਿੰਦਰ ਸਾਹਿਬ ਤੇ ਖੁਦ ਹੀ ਚਲੇ ਗਏ ਔਰ ਨਵੀਂ ਟੀਮ ਬਣਾ ਕੇ ਬਹਿ ਗਏ ਆਪਣੀ ਹਾਕੀ ਔਰ ਬਾਲ ਵਾਲੀ ਔਰ ਪੰਜਾਬ ਲੋਕ ਕਾਂਗਰਸ ਔਰ ਉਹਨਾਂ ਨੂੰ ਮੀਤ ਸੀ ਕਿ ਹੋਰ ਜਿਹੜੇ ਇਹਨਾਂ ਦੇ ਸਾਥੀ ਨੇ ਕਾਂਗਰਸ ਚੋਂ ਆਣਗੇ ਉਹਨਾਂ ਦੇ ਨਾਲ ਜੁੜਨ ਹਾਲਾਂਕਿ ਬਹੁਤ ਵੱਡੀ ਗੱਲ ਕਹੀ ਜਾਂਦੀ ਕਹਿੰਦੇ ਸੀ ਕਿ ਕੈਪਟਨ ਮਰਿੰਦਰ ਉਹਨਾਂ ਦੇ ਹੱਥ ਹੱਥ ਸੁਨੀਲ ਜਾਖੜ ਨੂੰ ਖਸਾਉਣ ਦੇ ਲਈ ਉਹਨਾਂ ਨੇ ਕਿਹਾ ਵੀ ਭਾਈ ਤੂੰ ਛੱਡ ਸਾਰਾ ਸਾਰੀਆਂ ਗੱਲਾਂ ਤੇ ਆ ਜਾ ਬੀਜੇਪੀ ਚ ਹਮ ਹਮ ਇਕਵੇਂ ਦੇਖਦੇ ਆ ਕਿੱਦਾਂ ਦੇਖੇ ਸਿੱਧੇ ਡਾਇਰੈਕਟ ਚਲੇ ਗਏ ਨੇ ਇਹਨਾਂ ਨੇ ਆਪਣੀ ਟੀਮ ਨਹੀਂ ਬਣਾਈ ਆਪਣੀ ਕੋਈ ਪਾਰਟੀ ਨਹੀਂ ਬਣਾਈ ਔਰ ਰਾਜਾ ਸਾਹਿਬ ਨੇ ਉਹ ਦੱਸਣਾ ਚਾਹੁੰਦੇ ਨੇ ਕਿ ਮੈਂ ਆਪਣੀ ਪਾਰਟੀ ਵੀ ਬਣਾ ਸਕਦਾ ਫਿਰ ਥੋੜਾ ਜਿਹਾ ਤਾਂ ਫਰਕ ਹੋਣਾ ਹੈ ਯਾ ਫਿਰ ਰਾਜਾ ਸਾਹਿਬ ਨੇ ਇਹ ਫਿਰ ਥੋੜੇ ਆਪਾਂ ਕਹਿੰਦੇ ਆ ਕਿ ਥੱਲੇ ਵਾਲੇ ਮੀਡਲ ਫੈਮਿਲੀ ਮੀਡਲ ਮੀਡਲ ਕਲਾਸ ਫੈਮਿਲੀ ਮੀਡਲ ਕਲਾਸ ਤੇ ਚਲੋ ਕੋਈ ਨਹੀਂ ਨੇਤਾ ਹੁੰਦਾ ਜਦੋਂ ਜੁਆਇਨ ਕਰਦਾ ਉਹ ਮੀਡਲ ਕਲਾਸ ਹਾਂ ਤੁਸੀਂ ਜ ਬੋਹਰ ਚ ਆ ਕੇ ਵੇਖ ਲਿਓ ਲੱਖਾਂ ਕਰੋੜਾਂ ਰੁਪਈਆਂ ਦੀਆਂ ਕੋਠੀਆਂ ਕਿਤੇ ਮਾਰ ਜ਼ਮੀਨਾਂ ਦਾ ਪਤਾ ਨਹੀਂ ਲੱਗਦਾ ਇਹ ਕਹਿੰਦੇ ਜੀ ਮੈਂ ਤਾਂ ਗਰੀਬ ਘਰ ਚੋਂ ਰੁੱਕ ਗਿਆ ਗਰੀਬ ਘਰ ਚੋਂ ਤਾਂ ਕੌਣ ਆਉਂਦਾ ਪੰਜਾਬ ਦੀ ਸਿਆਸਤ ਸਪੈਸ਼ਲੀ ਜੇ ਅਸੀਂ ਕਹਿ ਲਈਏ ਨਾ ਇਹ ਗਰੀਬ ਦੇ ਵੱਸ ਦੀ ਗੱਲ ਨਹੀਂ ਹੈ ਕਿ ਹਾਲਾਂਕਿ ਆਮ ਆਦਮੀ ਪਾਰਟੀ ਦਾ ਜਿਹੜਾ ਉਗੋ ਕੇ ਆ ਉਹ ਉਹ ਲੱਗਦਾ ਵਿਚਾਰਾ ਗਰੀਬ ਫੈਮਲੀ ਚੋਂ ਆਇਆ ਉਹ ਕਿਤਨਾ ਕਿਤੇ ਹੈ ਪਰ ਸਿਆਸਤਦਾਨ ਜਿਹੜੇ ਪਹਿਲੇ ਆ ਇਹ ਤਾਂ ਕਿਤੇ ਗਰੀਬ ਫੈਮਲੀ ਚੋਂ ਨਹੀਂ ਹੁੰਦੇ ਚਲੋ ਅੱਛਾ ਇਹਨਾਂ ਦੇ ਨਾਲ ਜਿਹੜੇ ਗਿਆ ਉਹਨਾਂ ਦੀ ਗੱਲ ਬੜੀ ਹੋਣ ਈ ਆ ਹਾਂ ਜਿਹੜੇ ਛੱਡ ਕੇ ਇਹਨਾਂ ਦੇ ਨਾਲ ਕਿਉਂਕਿ ਵੱਡਾ ਛੜਕਾ ਆਪਾਂ ਤਾਂ ਹੀ ਕਹਿ ਰਹੇ ਹਾਂ ਕਿਉਂਕਿ ਜੋ ਛਟਕਾ ਕੈਪਟਨ ਸਾਹਿਬ ਨਹੀਂ ਦੇ ਸਕੇ ਉਹ ਜਾਖੜ ਸਾਹਿਬ ਛਟਕਾ ਦੇ ਵਿੱਚ कामयाब ਹੋ ਹੀ ਨਹੀਂ ਅਜਾ ਰਾਜਕੁਮਾਰ ਵੇਰਕਾ ਇਹਨਾਂ ਦੇ ਨਾਲ ਗਿਆ ਉਹਦੀ ਵੀ ਗੱਲ ਹੋਣੀ ਈ ਆ ਵੀ ਰਾਜਕੁਮਾਰ ਵੇਰਕਾ ਵੇ ਵੱਡਾ ਨਾਮ ਸੀਗਾ ਹਾਲਾਂਕਿ ਉਹ ਬਹੁਤ ਚਿਰ ਤੋਂ ਨਰਾਜ਼ ਸੀਗੇ ਦੇਖੋ ਗੱਲ ਇਹ ਹੈ ਕਾਂਗਰਸ ਦੇ ਹੁਣ ਪੱਲੇ ਕੀ ਹੈ ਇਹ ਕਾਂਗਰਸ ਨੂੰ ਵੇਖਣਾ ਪਏਗਾ ਪੰਜਾਬ ਦੇ ਵਿੱਚ ਉਹਦੇ ਹਾਲਾਤ ਕੀ ਨੇ ਕਿਉਂਕਿ ਭਾਜਪਾ ਨੂੰ ਲਗਾਤਾਰ ਕਹਿੰਦੇ ਕੌਣ ਦੇ ਚਿਹਰੇ ਮਿਲਦੇ ਪੈਣੇ ਉਹਨਾਂ ਨੂੰ ਪੰਜਾਬ ਦੇ ਵਿੱਚ ਜੋ ਵੜੀ ਪਛਾਣ ਮਿਲਦੀ ਪਈ ਹੈ ਹੌਲੀ-ਹੌਲੀ ਅੱਜ ਜੇ ਤੁਸੀਂ ਬੀਜੇਪੀ ਦੀ ਗੱਲ ਕਰੋਗੇ ਤੇ ਪੰਜਾਬ ਦੇ ਵਿੱਚ ਚਾਕੜ ਸਾਹਿਬ ਦਾ ਨਾਮ ਹੋਏਗਾ ਹੋਰ ਤਾਂ ਸ਼ਾਇਦ ਆਪਾਂ ਕਿਸੇ ਨੂੰ ਜਾਣਦੇ ਨਹੀਂ ਹੈ ਰਾਜਕੁਮਾਰ 베ਰਕਾ 베ਰਕਾ ਸਾਹਿਬ ਦੇ ਹੁਣ ਬਲਬੀਰ ਸਿੱਧੂ ਕੋਈ ਵੱਡਾ ਨਾਮ ਹੈ ਇੰਨੇ ਨਹੀਂ ਜਿੱਦਾਂ ਮਤਲਬ ਕਾਂਗਰਸ ਦੇ ਵਿੱਚ ਪਹਿਲਾਂ ਜ਼ਿਆਦਾ ਸੀ ਆ ਸਟ੍ਰੋਮ ਨੇ ਅਕਾਲੀ ਦਲ ਚ 20 25 ਪਲੇਅਰ ਜਿਵੇਂ ਪਹਿਲਾਂ ਹੀ ਰਹਿੰਦੇ ਹੁੰਦੇ ਸੀਗੇ ਜੋ ਸਭ ਦੇ ਵਿੱਚ ਨਿਊਜ਼ ਨਹੀਂ ਨਹੀਂ ਪਰ ਦੇਖੋ ਰਾਜਕੁਮਾਰ 베ਰਕਾ ਦਾ ਨਾਮ ਲਈਏ ਤੇ ਐਸਸੀ ਭਾਈਚਾਰੇ ਚ ਬਹੁਤ ਨਾਮ ਆ ਮੇਰੇ ਸਾਹਬ ਬਹੁਤ ਵੱਡੇ ਨੇ ਬਟ ਹੁਣ ਇਹਨਾਂ ਨੂੰ ਨਾਮ ਮਿਲਨੇ ਸ਼ੁਰੂ ਹੋਏ ਨੇ ਜਦੋਂ ਤੱਕ ਗੱਠ ਜੋੜ ਸੀਗਾ ਬੀਜੇਪੀ ਦਾ ਅਕਾਲੀਜ਼ ਦੇ ਨਾਲ ਮੇਰਾ ਖਿਆਲ ਅਕਾਲੀਜ ਨੇ ਉਹਨਾਂ ਨੂੰ ਉੱਠਣ ਨਹੀਂ ਦਿੱਤਾ ਕਿਸੇ ਵੀ ਇਲਾਕੇ ਦੇ ਵਿੱਚ ਕਿਉਂਕਿ ਨਹੀਂ ਉਸ ਸਮੇਂ ਇੰਟਰਨਲ ਪੋਲਿਟਿਕਸ ਹਾਂ ਇੰਟਰਨਲ ਪੋਲਿਟਿਕਸ ਕਹ ਲਓ ਪਰ ਉਦੋਂ ਉਹਨਾਂ ਨੂੰ ਲੱਗਦਾ ਸੀ ਕਿ ਕਿੰਨੀਆਂ ਕਸੀਟਾਂ ਬਿਲਕੁਲ ਸਹੀ ਗੱਲ ਬਿਲਕੁਲ ਅਸੀਂ ਹੁਣ ਉਹਨਾਂ ਦਾ ਟਾਰਗੇਟ ਹੀ ਪੂਰਾ ਕਹਿੰਦੇ ਕਿ ਹਮ ਤੋ ਸੈਫਰਨ ਕਰ ਦੇਣਾ ਪੂਰੇ ਮੁਲਕ ਨੂੰ ਤੇ ਫਿਰ ਉਹ ਉਹ ਟਾਰਗੇਟ ਦੇ ਵਿੱਚ ਪੰਜਾਬ ਨੂੰ ਕਿਉਂਕਿ ਪੰਜਾਬ ਦੀ ਰਾਜਨੀਤੀ ਥੋੜੀ ਜਿਹੀ ਵੱਖਰੀ ਆ ਪੰਜਾਬ ਕਹਿੰਦਾ ਨਾ ਜੇ ਕੋਈ ਦੂਸਰਾ ਸਿਰਾ ਪੜਦਾ ਤੇ ਪੰਜਾਬ ਨੇ ਵੱਖਰਾ ਸਿਰਾ ਵੜਨਾ ਆ ਪੰਜਾਬ ਵੱਖਰੇ ਤਰੀਕੇ ਨਾਲ ਚੱਲਦਾ ਕਿਉਂਕਿ ਪੰਜਾਬ ਦੇ ਵਿੱਚ ਸੈਫਰਨ ਦਾ ਮਤਲਬ ਹੈ ਸ਼ਹੀਦ ਭਗਤ ਸਿੰਘ ਹਾਂ ਪੰਜਾਬ ਦੇ ਵਿੱਚ ਥੋੜਾ ਇਹਦਾ ਮਤਲਬ ਵੀ ਵੱਖਰਾ ਹੋ ਜਾਂਦਾ ਇੱਥੇ ਇਹ ਤਰੀਕੇ ਬਦਲ ਜਾਂਦੇ ਇਸ ਕਰਕੇ ਹੁਣ ਪੰਜਾਬ ਨੂੰ ਤੁਹਾਨੂੰ ਦੱਸਿਆ ਸੀਗਾ ਵੀ 2014 ਤੋਂ ਆਈ ਹੋਈ ਹੈ ਭਾਜਪਾ ਸਰਕਾਰ ਪਹਿਲਾਂ ਤਾਂ ਕਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦਿਨ ਨਹੀਂ ਦੇ ਦਿਨ ਨਹੀਂ ਮਨਾਏ ਪਹਿਲਾਂ ਤੇ ਇਹਨਾਂ ਨੂੰ ਚੇਤਾ ਨਹੀਂ ਆਇਆ ਵੀ ਬਈ ਜਿਹਨਿ ਸ਼ਹਾਦਤ ਹੈ ਔਰ ਲਾਲ ਕਿਰੇ ਦੇ ਵਿੱਚ ਸਮਾਗਮ ਕਰਨੇ ਆ ਅੱਜ ਕੱਲ ਬੜੇ ਹੋ ਰਹੇ ਆ ਬਿਲਕੁਲ ਉਹ ਜੇ ਅਸੀਂ ਥੋੜਾ ਇਤਿਹਾਸ ਵੱਲ ਜਾਈਏ ਤਾਂ ਜਦੋਂ ਪੰਜਾਬ ਦੇ ਵਿੱਚ ਮਾਹੌਲ ਥੋੜਾ ਸੁਖਾਵਾਂ ਨਹੀਂ ਸੀਗਾ ਜਦੋਂ ਇਹ ਸਾਰੀਆਂ ਵਾਪਰੀਆਂ ਘਟਨਾਵਾਂ ਨੇ ਜਿੰਨਾ ਨੂੰ ਅਸੀਂ ਪਿੱਛੇ ਥੋੜੇ ਦਿਨ ਪਹਿਲਾਂ ਕੱਲ ਪਰਸੋਂ ਆਪਾਂ ਇਹ ਸਾਰੇ ਦਿਨ ਦਿਵਸ ਮਨਾਉਂਦੇ ਰਹੇ ਆ ਆਪਾਂ ਮਨਾਏ ਨੇ ਦਿਨ ਦਿਵਸ ਉਦੋਂ ਜੇ ਅਸੀਂ ਪਿਛੋਕੜ ਦੇਖੀਏ ਕਿ ਇਤਿਹਾਸ ਨੂੰ ਦੇਖੀਏ ਉਦੋਂ ਜਦੋਂ ਇਹ ਸਭ ਵਾਪਰੀਆਂ ਘਟਨਾਵਾਂ ਸਾਡੇ ਸਾਹਮਣੇ ਕਿਹੜੀਆਂ-ਕਿਹੜੀਆਂ ਸਟੇਟਮੈਂਟਸ ਦਿੱਤੀਆਂ ਗਈਆਂ ਇਹਨਾਂ ਦੇ ਲੀਡਰਸ ਵੱਲੋਂ ਕੀ-ਕੀ ਗੱਲਾਂ ਕੀਤੀਆਂ ਗਈਆਂ ਅੱਛਾ ਇੱਕ ਇੱਕ ਗੱਲ ਹੋਰ ਸੰਦੀਪ ਜੀ ਆਪਾਂ ਜਾਖੜ ਸਾਹਿਬ ਦੀ ਗੱਲ ਕਰ ਰਹੇ ਹਾਂ ਤੁਸੀਂ ਕਹਿੰਦੇ ਸੀ ਕਾਂਗਰਸ ਦਾ ਕੀ ਬਚਿਆ ਪੰਜਾਬ ਆਏ ਹੋਏ ਨੇ ਹੈ ਲੀਡਰ ਉਹਨਾਂ ਦੇ ਵੱਡੇ ਅੱਜ ਲੱਗਦਾ ਕਿ ਇਹ ਮੀਟਿੰਗ-ਮੀਟਿੰਗ ਵੀ ਹੋਊਗੀ ਜਾਂ ਨਹੀਂ ਫਿਲਹਾਲ ਤੇ ਮੂਸੇਵਾਲਾ ਜਿਹਦੇ ਪਿਤਾ ਜੀ ਨੂੰ ਮਿਲੇ ਨੇ ਉਹਨਾਂ ਦੇ ਫੈਮਿਲੀ ਨੂੰ ਮਿਲੇ ਨੇ ਪਰ ਹੋ ਸਕਦਾ ਕਿ ਇੱਕ ਪੰਥ ਦੋ ਕਾਜ ਕੇ ਕੋਈ ਮੀਟਿੰਗ ਵੀ ਕਰਕੇ ਜਾਵੇ ਨਹੀਂ ਹੋਣੀ ਤਾਂ ਚਾਹੀਦੀ ਹੈ ਕਿਉਂਕਿ ਪੰਜਾਬ ਆਏ ਪਰ ਮੈਨੂੰ ਲੱਗਦਾ ਹੁੰਦਾ ਕਿ ਰਾਹੁਲ ਗਾਂਧੀ ਵੀ ਇੱਕ ਵੱਖਰੇ ਸੁਭਾਜ ਤੁਰੇ ਫਿਰਦੇ ਰਹਿੰਦੇ ਆ ਜਦੋਂ ਪੰਜਾਬ ਦੇ ਵਿੱਚ ਜਾਂ ਗਹਿਮਾ ਗੈਮੀ ਹੁੰਦੀ ਆ ਉਹਨਾਂ ਨੂੰ ਛੁੱਟੀਆਂ ਚੇਤੇ ਆ ਜਾਂਦੀਆਂ ਆ ਉਹ ਫਿਰ ਆਈਸਕ੍ਰੀਮ ਦੀਆਂ ਫੋਟਾਂ ਪਾਉਂਦੇ ਆ ਵੀ ਮੈਂ ਫਲਾਣੇ ਥਾਂ ਇਟਲੀ ਬੈਠ ਕੇ ਆਈਸਕ੍ਰੀਮ ਖਾਣਿਆ ਤੇ ਜਦੋਂ ਕਿਤੇ ਐਦਾਂ ਹੀ ਹੋਰ ਕਿਸੇ ਸਟੇਟ ਦੇ ਵਿੱਚ ਗਹਿ ਤੁਸੀਂ ਗੱਲ ਦੱਸੋ ਖੈਰਾ ਸਾਹਿਬ ਤੁਹਾਨੂੰ ਲੱਗਦਾ ਹੈ ਕਿ ਕੋਈ ਲੀਡਰ ਪੰਜਾਬ ਨੂੰ ਲੈ ਕੇ ਪੰਜਾਬ ਦੇ ਲੋਕਾਂ ਨੂੰ ਲੈ ਕੇ ਸੀਰੀਅਸ ਹੈ ਦੇਖੋ ਲੀਡਰ ਗੱਲਾਂ ਨਾਲ ਨਹੀਂ ਗੱਲਾਂ ਨਾਲ ਹਾਂ ਪ੍ਰੈਕਟੀਕਲੀ ਤਾਂ ਮੈਨੂੰ ਹਜੇ ਤੱਕ ਕੋਈ ਨਹੀਂ ਲੱਭਿਆ ਜੋ ਇਹ 바ਾਕੀ ਗੱਲ ਕੀਤੀ ਜਾਵੇ ਨਵਜੋਤ ਸਿੰਘ ਸਿੱਧੂ ਤੋਂ ਬੜੀਆਂ ਉਮੀਦਾਂ ਸੀ ਪਰ ਉਹ ਕਹਿੰਦੇ ਹੁੰਦੇ ਹਨ ਕਿ ਉਹ ਵੀ ਕੁਰਸੀ ਨੂੰ ਬੜਾ ਪਿਆਰ ਕਰਦੇ ਸੀ ਉਹਨਾਂ ਦਾ ਇਹ ਐਂਗਲ ਨੂੰ ਕਹਿੰਦੇ ਨੇ ਕਿ ਜੇ ਕੁਰਸੀ ਤੇ ਬੈਠੂਗਾ ਤਾਂ ਹੀ ਕੰਮ ਕਰਾਂਗਾ ਨਹੀਂ ਤਾਂ ਮੇਰੇ ਕੋਲ ਪਾਵਰ ਕਿੱਥੇ ਆਏਗਾ ਪਰ ਪਾਵਰ ਪਾਵਰ ਤਾਂ ਕਹਿੰਦੇ ਹੁੰਦੇ ਨੇ ਨਾ ਜੇ ਤੁਹਾਡੇ ਕੋਲ ਪਾਵਰ ਨਹੀਂ ਤੁਸੀਂ ਕਿੰਗ ਮੇਕਰ ਵੀ ਹੋ ਮਤੈ ਬਹੁਤ ਕੰਮ ਕਰਾ ਲੈਂਦੇ ਆ ਬੜਾ ਕੁਝ ਬਿਠਾ ਕੇ ਦੇਖਿਆ ਉਹਨਾਂ ਨੂੰ ਔਰ ਇੱਕੋ ਐਦਾਂ ਵੀ ਨਹੀਂ ਹੈਗਾ ਤੁਸੀਂ ਕਹਿੰਦੇ ਨਾ ਕਿ ਸ਼ਰਟ ਬਾਹਲੀ ਗੰਦੀ ਹੋਵੇ ਤਾਂ ਉਹਨੂੰ ਇੱਕ ਵਾਰੀ ਤੁਸੀਂ ਨਿਖਾਰ ਲਓ ਐਦਾਂ ਦਾ ਕੋਈ ਇਨਸਾਬੜ ਨਹੀਂ ਆਇਆ ਉਹ ਮਸ਼ਹੂਰੀਆਂ 'ਚ ਹੀ ਹੁੰਦੇ ਆ ਅਹ ਪਹਿਲੀ ਵਾਰੀ ਤਾਂ ਉਹ ਤਾਂ ਫਿੱਕੇ ਪੈ ਜਾਂਦੇ ਦੂਜੀ ਵਾਰੀ ਤਾਂ ਉਹ ਫਿੱਕੇ ਪੈਂਦੇ ਤੀਸਰੀ ਵਾਰੀ ਧੁੱਪੇ ਪਾ ਦੋ ਉਹ ਔਰ ਥੋੜਾ ਉੱਡਦਾ ਚੌਥੀ ਵਾਰੀ ਧੁੱਪੇ ਪਾਵਾਂਗੇ ਇਹ ਤੁਸੀਂ ਦੇਖੋ ਤੁਸੀਂ ਕਹੋਗੇ ਕਿ ਮੈਂ ਮੈਂ ਤਾਂ 1% ਵੀ ਨਹੀਂ ਉਹਨਾਂ ਲੋਕਾਂ ਨੂੰ ਰਹਿਣ ਦੇਣਾ ਨਾ ਜਿਹੜੇ ਕਰਪਟ ਹੈ ਤੇ ਹੁਣ ਸਾਰੇ ਤਾਂ ਕਰਪਟ ਆ ਭਾਈ ਫਿਰ ਉਹਨਾਂ ਨੂੰ ਤੈਨੂੰ ਹੀ ਨਹੀਂ ਰਹਿਣ ਦੇਣਾ ਇਹ ਤੇ ਗੱਲ ਹੈ ਨਾ ਕਹਿੰਦੇ ਨਾ ਕਿ ਤੁਸੀਂ ਦੇਖੋ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਗਈ ਵਾਰੀ ਤੁਸੀਂ ਜੰਗ ਲੜਨ ਦੇ ਲਈ ਨਾ ਆਪਣੇ ਆਪ ਨੂੰ ਕਹਿੰਦੇ ਜਿੱਕੇ ਲੋਕਾਂ ਨੂੰ ਜਿੱਤਣ ਲਈ ਨਾ ਆਪਣੇ ਆਪ ਨੂੰ ਹਾਰਨਾ ਪੈਂਦਾ ਤੇ ਜਾਗ ਦੇ ਵਿੱਚ ਜਦੋਂ ਅਸੀਂ ਉਤਰਦੇ ਆ ਨਾ ਬੜੇ ਸਾਰੇ ਸਮਝੌਤੇ ਕਰਨੇ ਪੈਂਦੇ ਆ ਕਿਉਂਕਿ ਤੁਸੀਂ ਪੰਜਾਬੀਆਂ ਦੇ ਨਾਲ ਵਾਅਦਾ ਕੀਤਾ ਸੀ ਕਿ ਪੰਜਾਬ ਨੂੰ ਨਹੀਂ ਹਾਰਨ ਦਊਗਾ ਸੋ ਇਹ ਚੀਜ਼ਾਂ ਜਿਹੜੀਆਂ ਨੇ ਇਹ ਤਰੀਕੇ ਦੇ ਨਾਲ ਦੇਖਣ ਦੇ ਵਿੱਚ ਬਹੁਤ ਵੱਡੀ ਗੱਲ ਹੈ ਬਿਲਕੁਲ ਬਹੁਤ ਵੱਡੀ ਗੱਲ ਹੈ ਖੈਰ ਫਿਲਹਾਲ ਤੇ ਅਸੀਂ ਇਹ ਹੀ ਕਹਿ ਸਕਦੇ ਹਾਂ ਉਹਨਾਂ ਦੀ ਸਿਹਤ ਠੀਕ ਹੋਵੇ ਵਾਕਈ ਚਲੋ ਸਿਹਤ ਯਾਬ ਹੋਣ ਉਹ ਹੈ ਨਾ ਉਸ ਤੋਂ ਬਾਅਦ ਅਗਲੀ ਗੱਲ ਹੋ ਸਕਦੀ ਕਿ ਫਿਰ ਉਹ ਜੇਲ੍ਹ ਦੇ ਵਿੱਚ ਕਿੰਨਾ ਸਮਾਂ ਰਹਿੰਦੇ ਨੇ ਫਿਰ ਉਸ ਤੋਂ ਬਾਅਦ ਉਹਨਾਂ ਦੀ ਕੀ ਸਟ੍ਰੈਟਜੀ ਹੁੰਦੀ ਆ ਕਿੱਦਾਂ ਬਾਉਂਸ ਬੈਕ ਕਰਨਗੇ ਫਿਰ ਤੋਂ ਪੋਲਿਟਿਕਸ ਦੇ ਵਿੱਚ ਔਰ ਫਿਰ ਤੋਂ ਆਪਣੇ ਆਪ ਨੂੰ ਕਿਵੇਂ ਸਥਾਪਿਤ ਕਰਨਗੇ ਉਸ ਤੋਂ ਬਾਅਦ ਫਿਰ ਸਿੱਧੂ ਸਾਹਿਬ ਦੀਆਂ ਸਟੇਟਮੈਂਟਸ ਤੇ ਟਵਿੱਟਰ ਕਿਦਾਂ ਹੋਏਗਾ ਕਿਉਂਕਿ ਸਿਆਸਤ ਵਿੱਚ کیا ਜਾਂਦਾ ਕਿ ਹਰ ਲੀਡਰ ਜਿਹੜਾ ਹੈ ਆਪਣੇ ਆਪ ਨੂੰ ਜਿਉਂਦਾ ਰੱਖਦਾ ਹੈ ਆਪਣੇ ਆਪ ਨੂੰ ਮਰਨ ਨਹੀਂ ਦਿੰਦਾ ਕਿਉਂਕਿ ਜੇ ਮਰਨ ਦੇ ਦਿੱਤਾ ਫਿਰ ਤਾਂ ਕੈਰੀਅਰ ਖਤਮ ਹੋ ਗਿਆ ਵਾਕਈ ਚਲੋ ਭਈ ਇਹ ਸਿਆਸਤ ਹੈ ਇਹ ਪੈਰਦਰ ਪੈਰ ਬਦਲਦੀ ਰਹਿੰਦੀ ਹੈ ਪਰ ਵਾਕਈ ਸੰਜੀਪ ਜੀ ਹੁਣਾਂ ਦੀ ਗੱਲ ਬਹੁਤ ਤੁਰਸਦਾ ਕਿ ਪੰਜਾਬ ਦੇ ਨਾਲ ਪਿਆਰ ਕਰਨ ਵਾਲਾ ਪੰਜਾਬ ਦੇ ਮੁੱਦਿਆਂ ਤੇ ਗੱਲ ਕਰਨ ਵਾਲਾ ਸ਼ਾਇਦ ਅਜੇ ਤੱਕ ਪੰਜਾਬ ਦੇ ਵਿੱਚ ਉਹਦਾ ਦਾ ਬੰਦਾ ਸਾਨੂੰ ਕਦੀ ਦੇਖਿਆ ਨਹੀਂ ਹੈਗਾ ਚਲੋ ਫਿਲਹਾਲ ਕਹਿੰਦੇ ਹੁੰਦੇ ਨੇ ਨਾ ਕਿ ਥੋੜਾ ਬਹੁਤਾ ਤੇ ਸਹੀ ਆ ਆਮ ਆਦਮੀ ਪਾਰਟੀ ਸੁਪਨੇ ਤਾਂ ਦਿਖਾਉਂਦੀ ਸੀ ਕੀ ਪਤਾ ਸੁਪਨੇ ਪੂਰੇ ਵੀ ਹੋ ਜਾਣ ਸਹੀ ਹੈ ਇਹ ਸਮਾਂ ਦੱਸੂਗਾ ਫਿਲਹਾਲ ਸਮਾਂ ਸਾਨੂੰ ਕਹਿ ਰਿਹਾ ਕਿ ਅਸੀਂ ਚਾਹੀਏ ਬਿਲਕੁਲ ਚੱਲੀਏ ਚਲੋ ਤੁਸੀਂ ਦੇਖਦੇ ਰਹੋ ਪੰਜਾਬ ਮੇਲ ਯੂਐਸਏ ਟੀਵੀ ਸਾਨੂੰ ਦਿਵਾ ਗਿਆ ਸੱਤ ਸ਼੍ਰੀ ਅਕਾਲ ਸਤ ਸ੍ਰੀ ਅਕਾਲ ਜੀ